ए प्रोग्राम प्राइम एशिया टीवी दी प्रॉपर्टी है। इस दे कंटेंट नू ऑडियो या फिर वीडियो रूप विच चोरी करके यूट्यूब फेसबुक या होर किसे माध्यम राही वर्तना कॉपीराइट कानून दी उलंघना है। अजिहा करन ते कानूनी कार्रवाई की जाएगी। प्राइम एशिया टैलीविजन वेख रहे समुचे दर्शकों दविंदर सिंह बैनीपाल वालों प्यार अदब सहित सत श्री अकाल। प्राइम टाइम विद बैनीपाल विच तुहाडा सभना दा हार्दिक स्वागत है। दोस्तों अज असी उस फनकार नूं तुहाडे रूबरू करन जा रहे हाँ जिसनों शायद आप भी पता ना लग सकिया कि कदों लोकां दे दिलां विच उस ते बोल कर कर गए। शायद उसके चित चेतियां विच इह गल नहीं सी कि उह कदे कोई वधिया गायक जां गीतकार बन के लोकां दे दिलां विच धड़कण लग जाएगा। वह भी बहुत सारे उन्हां लोकां विचों एक है जिहड़े पढ़न दे वास्ते स्टडी वीज़ा लैके अपने वतन तों इन्हां मुल्कां दे वल रुख करते हैं। पर पढ़न आया इंसान रातों रात स्टार किवें बन गया? तुहाडे दिलां तुहाडे घरां अते तुहाडियां कारां दे स्पीकरां विच उह किवें वजण लग पिया? यह सारियां गल्लां बातां अज असीं इस प्रोग्राम दे जरिए तुहाडे तक पुजदियां करांगे। कदे वह कहिंदा है जट उस पिंड नूं बुलाऊं करदा जिथे बंदा मार के कसूर पुछदे। कदे कहिंदा उच्चियां ने गल्लां तेरे यार दियां। भावें गीतां दा सफ़र बहुता लंबेरा नहीं है पर हाँ जेकर इत्थों दी आम जनरेशन दी गल करिए यूथ दी गल करिए तां वह उस नूं सुणन दे विच आनंदित महसूस करते हैं। मेरी मुराद है तुहाडे सिद्धू मूसेवाले तों। सिद्धू मूसेवाला एक वह कलाकार है जो एक गायक अते गीतकार वजों अपने आप नूं थोड़े समय विच ही स्थापित करन दे विच कामयाब होया। सब तो पहला जी आयां नूं अपने स्वागत है तुहाडा। प्यार भाई सत श्री अकाल जी। प्राइम एशिया टीवी वालों ने जिन्हां ने मेरे चाहुणां दे सन्मुख कीता जी बहुत बहुत धन्यवाद जी तुहाडा इत्थे बुलाउण। सिद्धू मूसेवाला अज उह नां है जिहड़ा एक स्थापित कलाकारां दी कतार दे विच जा के खड़ा हो गया। ਹਾਂਜੀ ਹਾਂਜੀ। ਮੈਨੂੰ ਇਹ ਦੱਸਿਓ ਆਮ ਤੌਰ 'ਤੇ ਲੋਕਾਂ ਦੀਆਂ ਬਹੁਤ ਸਾਰੀਆਂ ਧਾਰਨਾਵਾਂ ਨੇ ਹਾਂਜੀ ਉਹ ਲਗਭਗ ਹਮੇਸ਼ਾ ਗਲਤ ਹੀ ਸਿੱਧ ਹੁੰਦੀਆਂ ਨੇ। ਹਾਂਜੀ। ਤੁਸੀਂ ਜਿਸ ਤਰ੍ਹਾਂ ਪੰਜਾਬ ਤੋਂ ਕੈਨੇਡਾ ਵੱਲ ਨੂੰ ਪ੍ਰਵਾਸ ਭਰੀ ਸੀ ਸੋਚਿਆ ਸੀ ਕਦੇ ਇੱਕ ਗਾਇਕ ਬਣਨਾ ਗੀਤਕਾਰ ਬਣਨਾ? ਇੱਦਾਂ ਕੋਈ ਏਮ ਤਾਂ ਹਰੇਕ ਦਾ ਹੁੰਦਾ ਜੀ ਵੀ ਕੁਛ ਨਾ ਕੁਛ ਕਰਨਾ ਹੈ ਨਾ। ਮੇਰਾ ਸ਼ੌਂਕ ਸੀਗਾ ਅਤੇ ਮੈਨੂੰ ਇੰਨੀਆਂ ਕੁ ਇੰਟੈਂਸ਼ਨਸ ਸੀਗੀਆਂ ਵੀ ਮੈਂ ਕੁਛ ਨਾ ਕੁਛ ਕਰਨਾ ਵੀ ਮੈਂ ਕਰੂੰਗਾ ਤਾਂ। ਇਹ ਤਾਂ ਹਰੇਕ ਨੂੰ ਹੁੰਦਾ। ਹਾਂਜੀ 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 ਵੀ ਮੈਂ ਕਰਨਾ ਪਰ ਜੋ ਵੀ ਹੈ ਵੀ ਮੈਨੂੰ ਇਹ ਯਾਨੀ ਕਿ ਜਿੰਨਾ ਵੀ ਮੈਂ ਪਿੱਛੇ ਇੰਡੀਆ ਕੀਤਾ ਸੀ ਅਤੇ ਜਿੰਨਾ ਵੀ ਮੈਂ ਇੱਥੇ ਆ ਕੇ ਕੀਤਾ ਸੀਗਾ ਅਤੇ ਹੁਣ ਮੈਨੂੰ ਉਹ ਚੀਜ਼ਾਂ ਰਿਅਲਾਈਜ਼ ਹੁੰਦਾ ਵੀ ਉਹ ਇੱਕ ਦੂਜੇ ਨਾਲ ਇੰਟਰਲਿੰਕ ਸੀਗੀਆਂ ਸਾਰੀਆਂ। ਮੇਰਾ ਇੱਥੇ ਆਉਣਾ ਯਾਨੀ ਕਿ ਮੇਰਾ ਇੱਥੇ ਬਣਨ 'ਚ ਬਹੁਤ ਵੱਡਾ ਹੱਥ ਸੀ ਉਹ ਚੀਜ਼ ਦਾ ਅਤੇ ਪਰਮਾਤਮਾ ਨੇ ਉਹ ਲਿੰਕ ਦਰ ਲਿੰਕ ਚਲਾਈ ਰੱਖੀ ਗੇਮ ਜਿੰਨੀ ਵੀ ਸੀਗੀ ਇੰਡੀਆ ਤੋਂ ਇੱਥੋਂ ਤੱਕ ਜੋ ਵੀ ਸੀਗਾ ਜਿੰਨਾ ਵੀ ਸਫ਼ਰ ਹੋਇਆ ਬਹੁਤ ਘੈਂਟ ਸੀਗਾ ਬਹੁਤ ਵਧੀਆ ਰਿਸਪੋਂਸ ਮਿਲਿਆ ਸਾਰਿਆਂ ਨੂੰ। ਇਹ ਕੀ ਗੱਲ ਹੈ ਹੁਣ ਜਿਹੜੇ ਜਿੰਨੇ ਵੀ ਮੈਂ ਨਵੇਂ ਗੀਤਕਾਰ ਹੋਣ ਗਾਇਕ ਹੋਣ ਉਹ ਦੋ ਤਿੰਨ ਸ਼ਬਦ ਬਹੁਤ ਘੈਂਟ ਸੀ ਹਰੇਕ ਗੱਲ ਬਹੁਤ ਘੈਂਟ ਸੀ ਇਹ ਜ਼ਰੂਰੀ ਬਣ ਗਿਆ ਜਾਂ ਆਪ ਮੁਹਾਰੇ ਨਿਕਲਦਾ ਜੀ? ਇਹ ਤਾਂ ਜੀ ਹੁਣ ਜਿੱਦਾਂ ਦਾ ਆਪਾਂ ਰਹਿੰਦੇ ਹਾਂ ਜਾਂ ਜਿੱਦਾਂ ਦੀ ਆਪਣੀ ਬੋਲਚਾਲ ਹੁੰਦੀ ਹੈ ਹਰੇਕ ਸਰਕਲ ਦੀ ਹਰੇਕ ਆਪ ਦੇ ਵਿੱਚ ਜੋ ਵੀ ਬੋਲਦੇ ਨੇ ਉਹਨਾਂ ਦੀ ਇੱਕ ਲੈਂਗੁਏਜ ਸਲੈਂਗ ਬਣ ਜਾਂਦਾ ਜੀ ਉਹ ਆਪਸ ਦੇ ਵਿੱਚ। ਹੁਣ ਜਿਵੇਂ ਇੰਡੀਆ ਅਸੀਂ ਗੱਲ ਕਾਲਜ 'ਚ ਗੱਲਾਂ ਬਾਤਾਂ ਮਾਰਦੇ ਸੀ ਉਵੇਂ ਇੱਥੇ ਸਾਡਾ ਬਸ ਹੁਣ ਇਹਦੇ 'ਚ ਹੁਣ ਤੁਸੀਂ ਸਾਡੇ ਮਾਹੌਲ ਦਾ ਕਸੂਰ ਕੱਢੋ ਜਾਂ ਤੁਸੀਂ ਆਪਸ ਕਸੂਰ ਨਹੀਂ ਹੈ ਇਹ ਤਾਂ ਕਿਸੇ ਵੀ ਇਲਾਕੇ ਦੀ ਖੂਬਸੂਰਤੀ ਹੈ। ਹਾਂਜੀ 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 ਬਾਕੀ ਸਾਡਾ ਤਾਂ ਏਰੀਆ ਵੀ ਇੱਦਾਂ ਦਾ ਯਾਨੀ ਕਿ ਸਾਡੇ ਥੋੜ੍ਹੀ ਠੇਠ ਬੋਲਦੇ ਨੇ ਭਾਸ਼ਾ ਜੀ ਯਾਨੀ ਕਿ ਕੁਛ ਕੁ ਏਰੀਏ ਕਰਕੇ ਵੀ ਹੈਗਾ ਵੀ ਸਾਡੇ ਜਮ੍ਹਾਂ ਬਠਿੰਡੇ ਮਲਵਈ ਆ ਗਏ ਜਮ੍ਹਾਂ ਪਿਓਰ ਅਤੇ ਥੋੜ੍ਹਾ ਬਹੁਤ ਹੋ ਜਾਂਦਾ ਚੇਂਜ ਆ ਜੀ ਇੱਧਰ ਪੜ੍ਹਦੇ ਪੁੜਦੇ ਕਰਦੇ ਕਰਕੇ ਕਾਲਜ 'ਚ ਕਿਹੋ ਜਿਹਾ ਮਾਹੌਲ ਉੱਦਾਂ ਦੀ ਗੱਲਾਂ ਬਾਤਾਂ ਹੋ ਜਾਂਦੀਆਂ ਯਾਨੀ ਕਿ ਇਹਦਾ ਸਾਨੂੰ ਵੀ ਨਹੀਂ ਪਤਾ ਲੱਗਦਾ ਵੀ ਆਪਾਂ ਕਦੋਂ ਕੀ ਕਿੱਦਾਂ ਦੀ ਯਾਨੀ ਕਿ ਲੈਂਗੁਏਜ ਯੂਜ਼ ਕਰਨ ਲੱਗ ਜਾਂਦੇ ਹਾਂ। ਅੱਛਾ ਅਤੇ ਇਹ ਪਤਾ ਨਹੀਂ ਹੈਗਾ ਵੀ ਕਲਚਰ 'ਚ ਆਪਣੇ ਕਲਚਰ 'ਚ ਹੀ ਹੈ ਇਹ ਵਰਡ ਜੋ ਅੱਜ ਕੱਲ੍ਹ ਜੋ ਨੌ ਯੰਗਸਟਰ ਯੂਜ਼ ਕਰਦੇ ਨੇ ਉਹੀ ਸਾਡੇ ਤੋਂ ਹੋ ਜਾਂਦੇ ਕਈ ਵਾਰੀ। ਹਾਂਜੀ ਹਾਂਜੀ। ਸੋ ਸਿੱਧੂ ਮੂਸੇਵਾਲਾ ਆਮ ਤੌਰ 'ਤੇ ਬਹੁਤੇ ਲੋਕਾਂ ਨੂੰ ਸਿਰਫ ਤੁਹਾਡੇ ਲਾਸਟ ਨਾਂ ਦਾ ਪਤਾ ਗੋਤ ਦਾ ਪਤਾ ਹੈ। ਹਾਂਜੀ ਹਾਂਜੀ। ਅਤੇ ਮੂਸੇਵਾਲੇ ਪਿੰਡ ਦਾ ਪਤਾ ਹੈ ਬਹੁਤੇ ਲੋਕਾਂ ਨੂੰ ਸ਼ਾਇਦ ਇਸ ਗੱਲ ਦਾ ਪਤਾ ਹੀ ਨਹੀਂ ਹੋਣਾ ਕਿ ਇਸ ਕਲਾਕਾਰ ਦਾ ਅਸਲ 'ਚ ਨਾਮ ਕੀ ਹੈ। ਕੀ ਹੈ ਜੀ? ਮੇਰਾ ਅਸਲ 'ਚ ਨਾਮ ਹੈਗਾ ਜੀ ਜਿਹੜਾ ਸ਼ੁਭਦੀਪ ਸਿੰਘ ਸਿੱਧੂ ਹੈ ਜੀ। ਅੱਛਾ ਜੀ। ਜਿਹੜੇ ਮੇਰੇ ਮੰਮਾ ਪਾਪਾ ਨੇ ਰੱਖਿਆ ਅਤੇ ਸਿੱਧੂ ਮੂਸੇਵਾਲਾ ਮੇਰਾ ਆਰਟਿਸਟ ਨੇਮ ਬਣ ਗਿਆ। ਅੱਛਾ ਜੀ। ਕਿਉਂਕਿ ਮੇਰੇ ਪਿੰਡ ਕਰਕੇ ਅਤੇ ਮੈਂ ਤਾਂ ਜਦੋਂ ਵੀ ਇਹ ਸਟਾਰਟ ਕੀਤੀ ਸੀ ਫੀਲਡ ਕਿਉਂਕਿ ਜਿੱਥੋਂ ਮੈਂ ਆਉਣਾ ਜੀ ਜਿਹੜੇ ਪਿੰਡ ਤੋਂ ਮੈਂ ਬਿਲੋਂਗ ਕਰਦਾ ਜਿੱਥੇ ਮੈਂ ਰਿਹਾ ਜੱਟ ਜਿਹੜੇ ਪਿੰਡ ਨੂੰ ਬਿਲੋਂਗ ਕਰਦਾ। ਹਾਂਜੀ ਹਾਂਜੀ। ਉਹ ਪਿੰਡ ਬਹੁਤ ਪਿੱਛੇ ਸੀ। ਅੱਛਾ ਜੀ। ਪਿੱਛੇ ਸੀ ਹੁਣ ਤਾਂ ਚਲੋ ਪਰਮਾਤਮਾ ਦੀ ਕਿਰਪਾ ਨਾਲ ਤਰੱਕੀ ਹੋਈ ਆ ਉੱਥੇ ਵੀ। ਅੱਛਾ ਜੀ। ਲੋਕ ਯਾਨੀ ਕਿ ਜਦੋਂ ਮੈਂ ਵੀ ਬੀਟੈਕ ਗ੍ਰੈਜੂਏਸ਼ਨ ਕੀਤੀ ਆ ਅਤੇ ਜਦੋਂ ਕਿਤੇ ਜਾਂਦੇ ਸੀ ਕਾਲਜ ਪੜ੍ਹਦੇ ਸੀ ਅਗਲੇ ਨੂੰ ਦੱਸਦੇ ਵੀ ਕਿਹੜਾ ਪਿੰਡ ਆ ਬਈ ਮਾਨਸਾ ਜੀ ਕਿਹੜਾ ਇਹ ਕਿੱਥੇ ਰਹਿ ਗਿਆ
ਮਾਨਸਾ ਕੋਲ ਕਿਹੜਾ ਪਿੰਡ ਹੈ ਮੂਸਾ ਜੀ, ਇਹ ਕਿੱਥੇ ਨੇ ਕਿਸੇ ਨੂੰ ਨਹੀਂ ਪਤਾ ਹੁੰਦਾ। ਕਦੇ ਕਦੇ ਇਹ ਲੱਗਦਾ ਸੀ ਅਤੇ ਸਾਡਾ ਇਹ ਕਹਿੰਦਾ ਬੈਕਵਾਰਡ ਏਰੀਆ ਤੁਹਾਡਾ। ਅੱਛਾ ਜੀ, ਮਾਨਸਾ ਏਰੀਆ ਯਾਨੀ ਕਿ ਬਠਿੰਡੇ ਦੇ ਵੀ, ਬਠਿੰਡਾ ਪਹਿਲਾਂ ਬਠਿੰਡੇ ਨੂੰ ਮੰਨਦੇ ਸੀ, ਉਦੋਂ ਬਾਅਦ ਮਾਨਸੇ ਨੂੰ ਪਛੜਿਆ ਕਹਿਣ ਲੱਗ ਗਏ ਲੋਕ। ਹੈਗਾ ਵੀ ਸੀ ਤਾਂ ਵੈਸੇ ਹੀ ਕਹਿੰਦੇ ਸੀ, ਹੈਗਾ ਕਈਆਂ ਤੋਂ ਹੀ। ਹੁਣ ਇਹ ਹੁੰਦਾ, ਹੁਣ ਇਹਦਾ ਤਾਂ ਆਪਾਂ ਨੂੰ ਕੀ ਪਤਾ ਵੀ ਸਾਡੇ ਲਈ ਤਾਂ ਸਵਰਗਾਂ ਵਰਗਾ ਪਿੰਡ, ਮੇਰੇ ਲਈ ਤਾਂ ਸਾਰਿਆਂ ਤੋਂ ਵਧੀਆ। ਮੈਂ ਕਹਿੰਦਾ ਵੀ ਜੇ ਦੁਨੀਆਂ ਦੀ ਸਵਰਗ ਹੋਊਗੀ ਪਲੇਸ ਤਾਂ ਉਹ ਹੈਗੀ ਮੇਰੇ ਲਈ। ਪਰ ਵੀ ਹੁਣ ਕਈ ਸਹੂਲਤਾਂ ਨੇ ਜਾਂ ਕੋਈ ਥੋੜ੍ਹਾ ਬਹੁਤ, ਪਰ ਉੱਥੇ ਉਹ ਸੀਗਾ ਸਾਡਾ ਕੋਟਾ ਲੱਗਦਾ ਸੀ, ਬੈਕਵਰਡ ਕੋਟਾ। ਅੱਛਾ ਜੀ। ਮੈਂ ਅਤੇ ਉਹ ਕਦੇ ਨਾ ਕਦੇ ਐਂ ਹੁੰਦਾ ਸੀਗਾ ਵੀ ਯਾਰ ਤੁਹਾਡੇ ਪਿੰਡ ਦਾ ਉੱਧਰ ਧੂੜ ਵਾਲੇ ਆ, ਟਿੱਬਿਆਂ ਵਾਲੇ ਪਿੰਡ ਨੇ, ਉੱਥੇ ਤਾਂ ਉੱਠ ਨੇ, ਉੱਥੇ ਤਾਂ ਇਹ ਆ। ਉੱਥੇ ਕਦੇ ਕਦੇ ਇਹ ਲੱਗਦਾ ਹੁੰਦਾ ਸੀਗਾ ਵੀ ਯਾਰ, ਕਿਉਂਕਿ ਤਾਂ ਸਾਡੇ ਪਿੰਡਾਂ 'ਚੋਂ ਪਹਿਲਾਂ ਕਦੇ ਕੋਈ ਪਿੰਡਾਂ ਦੇ ਸਾਡੇ ਬਹੁਤ ਵਧੀਆ ਲੈਵਲ ਦੇ ਯਾਨੀ ਕਿ ਆਰਮੀ 'ਚ ਯਾਨੀ ਕਿ ਵਧੀਆ ਔਫਿਸਰ ਵੀ ਹੋਏ ਨੇ ਜੀ, ਯਾਨੀ ਕਿ ਜਿਨ੍ਹਾਂ ਨੇ ਬਹੁਤ ਜ਼ਿਆਦਾ ਨਾਮਣਾ ਖੱਟਿਆ ਯਾਨੀ ਕਿ। ਪਰ ਵੀ ਫਿਰ ਵੀ ਕੋਈ ਜਾਣਦਾ ਹੀ ਨਹੀਂ ਸੀ ਵੀ ਕਿੱਥੇ ਨੇ ਯਾਰ, ਕੌਣ ਹੈ ਵੀ ਟਿੱਬਿਆਂ 'ਚ ਪਿੰਡ ਨੇ, ਇੱਦਾਂ ਉੱਦਾਂ। ਸੋ ਕਿਸੇ ਕਾਰਨ ਕਰਕੇ ਪਿੱਛੇ ਸੀ, ਪਿੱਛੇ ਸੀਗਾ। ਅਤੇ ਸਹੂਲਤਾਂ ਦੀ ਕਮੀ ਲਾ ਲਓ, ਯੂਨੀਵਰਸਿਟੀਜ਼ ਦੀ ਕਮੀ ਲਾ ਲਓ, ਸਾਨੂੰ ਬਾਹਰ ਪੜ੍ਹਨਾ ਪਿਆ ਉਸ ਕਰਕੇ। ਪਰ ਵੀ ਕਦੇ ਕਦੇ ਉਹ ਚੀਜ਼ ਫੀਲ ਹੁੰਦੀ ਸੀ ਮੈਨੂੰ ਵੀ ਯਾਰ ਵੀ ਜਦੋਂ ਆਪਾਂ ਜਾਂਦੇ ਹਾਂ ਕਿਤੇ ਦੱਸਣਾ ਪੈਂਦਾ ਵੀ ਯਾਰ ਕਿੱਥੋਂ ਆ ਦੱਸਣਾ ਬਾਈ। ਹਾਂ ਵੀ ਉੱਥੇ ਵੀ, ਹਾਂ ਮੈਨੂੰ ਇਹੀ ਸੀਗਾ ਜਿੱਥੇ ਮੈਂ ਜਾਵਾਂ, ਜਿੱਥੇ ਸ਼ੁਭਦੀਪ ਸਿੰਘ ਸਿੱਧੂ ਜਾਵੇ ਉੱਥੇ ਉਹਦਾ ਪਿੰਡ ਜਾਵੇ ਨਾਲ। ਡੈਟਸ ਵਾਈ ਮੈਂ ਪਹਿਲਾਂ, ਮੈਂ ਇੱਕ ਲਾਇਸੈਂਸ ਗਾਣੇ 'ਚ ਮੇਰਾ ਨਾਮ ਹੈ ਲਿਰਿਕਸ ਦੇ ਵਿੱਚ ਲਿਖਿਆ ਹੋਇਆ ਸ਼ੁਭਦੀਪ ਸਿੱਧੂ। ਅੱਛਾ। ਉਹ ਮੈਂ ਯਾਨੀ ਕਿ ਫਿਰ ਕਾਟਾ ਹੀ ਮਾਰਤਾ ਸੀ ਉੱਥੇ ਵੀ ਜਿੱਥੇ ਅੱਜ ਤੋਂ ਬਾਅਦ ਮੈਂ ਜਾਊਂਗਾ ਉੱਥੇ ਮੇਰਾ ਪਿੰਡ ਜਾਵੇ। ਇਹੀ ਕਾਰਨ ਹੈ ਵੀ ਸਿੱਧੂ ਮੂਸੇ ਵਾਲਾ ਮੈਂ ਪਿੰਡ ਨੂੰ ਨਾਲ। ਹਾਂਜੀ ਹਾਂਜੀ ਹਾਂਜੀ। ਅਤੇ ਹੁਣ ਸਾਡਾ ਪਿੰਡ ਵੀ ਸਿੱਧੂਆਂ ਦਾ, ਸਾਰਾ ਹੀ ਸਿੱਧੂਆਂ ਦਾ। ਅਤੇ ਉਸ ਬੈਲਟ 'ਚ ਸਿੱਧੂ ਬਰਾੜ ਹੀ ਜ਼ਿਆਦਾ ਨੇ। ਹਾਂਜੀ ਹਾਂਜੀ ਹਾਂਜੀ, ਉਹ ਤਾਂ ਸਿੱਧੂ ਬਰਾੜ ਯਾਨੀ ਕਿ ਬੈਲਟ ਹੀ ਉਹਨਾਂ ਦੀ ਸਾਡਿਆਂ ਦੀ ਹੈ। ਅਤੇ ਹੁਣ ਜਦੋਂ ਕਿਤੇ ਕੋਈ ਗਾਣਾ ਚੱਲਦਾ, ਕੋਈ ਪਿੰਡ ਦਾ ਮੁੰਡਾ ਜਾਂਦਾ, ਸਿੱਧੂ ਵੀ ਹੈ ਪਿੰਡ ਵੀ ਮੂਸਾ, ਯਾਨੀ ਕਿ ਉਹ ਸਾਰੇ ਪ੍ਰਾਊਡ ਫੀਲ ਕਰਦੇ ਨੇ ਵੀ ਮੈਂ ਹੀ ਸਿੱਧੂ ਮੂਸੇ ਵਾਲਾ। ਅੱਛਾ, ਮੈਨੂੰ ਇਹ ਦੱਸਿਓ, ਬਹੁਤ ਸਾਰੇ ਕਲਾਕਾਰ ਨੇ ਉਹ ਲਗਭਗ ਕਈ ਕਈ ਵਰ੍ਹੇ ਕਈ ਕਈ ਦਹਾਕੇ ਲੱਗੇ ਰਹਿੰਦੇ ਨੇ। ਹਾਂਜੀ ਹਾਂਜੀ, ਗੁਣੀਆਂ ਸਿੱਧਾ ਨਹੀਂ ਪੈਂਦਾ। ਹਾਂਜੀ ਹਾਂਜੀ, ਹੁਣ ਤੁਸੀਂ ਆਏ ਹੋ ਸਾਲ ਡੇਢ ਸਾਲ ਦੇ ਵਿੱਚ ਹੀ ਗੀਤਕਾਰੀ 'ਚ ਵੀ ਨਾਮ ਬਣ ਗਿਆ, ਗਾਇਕੀ 'ਚ ਵੀ ਨਾਮ ਬਣ ਗਿਆ, ਗੱਲ ਕੀ ਕਰੀਏ ਕਿ ਮੌਜਾਂ ਵੇਚ ਆ ਗਿਆ। ਹਾਂਜੀ ਹਾਂਜੀ, ਇਹ ਸਾਰਾ ਕਿਵੇਂ ਹੋਇਆ? ਇਹ ਸਾਰਾ ਜੀ ਇੱਕ ਤਾਂ ਮਾਤਾ ਪਿਤਾ ਮੇਰੇ ਮੰਮਾ ਪਾਪਾ ਦੇ ਜਿਹੜਾ ਪਾਲਣ ਪੋਸ਼ਣ ਆ, ਉਹਨਾਂ ਮੈਂ ਕਹਿੰਦਾ ਸਭ ਤੋਂ ਵੱਧ ਉਹਨਾਂ ਦਾ ਹੱਥ ਜੀ, ਉਹਨਾਂ ਨੇ ਜਿਹੋ ਜਿਹੇ ਸੰਸਕਾਰ ਦਿੱਤੇ, ਉਹਨਾਂ ਨੇ ਮਿਹਨਤ ਕੀਤੀ, ਉਹ ਜਿੱਥੇ ਸਕੂਲ ਨਹੀਂ ਸੀਗਾ ਕਿੱਥੋਂ ਪੜ੍ਹਾਇਆ, ਕਿੱਥੋਂ ਲਿਖਾ ਕੇ ਤੋਰਿਆ, ਡਿਗਰੀ ਕਰਵਾਈ, ਉਹਨਾਂ ਪਿੰਡਾਂ 'ਚੋਂ ਹੋਣ ਦੇ ਬਾਵਜੂਦ ਵੀ ਜੀ, ਅਤੇ ਉਹ ਲਿੰਕ ਦਰ ਲਿੰਕ ਜੁੜਦਾ ਰਿਹਾ ਕਰੀਅਰ ਦੇ ਨਾਲ। ਜੇ ਮੈਂ ਵਧੀਆ ਸਕੂਲ 'ਚ ਨਾ ਜਾਂਦਾ ਤਾਂ ਮੈਂ ਇੱਥੋਂ ਉੱਥੋਂ, ਮੈਂ ਯਾਨੀ ਕਿ ਸਕੂਲ ਟਾਈਮ ਤੋਂ ਸਟਾਰਟ ਕੀਤਾ, ਮੈਂ ਪੰਜਵੀਂ ਕਲਾਸ 'ਚ ਸੀਗਾ ਜਦੋਂ ਮੈਂ ਵਾਰ ਗਾਉਂਦਾ ਹੁੰਦਾ ਸੀ। ਅੱਛਾ, ਬੰਦਾ ਸਿੰਘ ਬਹਾਦਰ ਦੀ ਵਾਰ, ਊਧਮ ਸਿੰਘ ਨੇ ਮੈਂ ਫੋਕ ਕੰਪੀਟੀਸ਼ਨ ਲੜੇ। ਆਫਟਰ ਡੈਟ ਮੈਂ ਕਾਲਜ 'ਚ ਗਿਆ, ਕਾਲਜ ਕਿਹੜੇ ਕਾਲਜ ਤੋਂ? ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ, GNE। ਅਤੇ ਫਿਰ ਉੱਥੇ ਸਟਾਰਟ ਹੋਇਆ ਉਹੀ ਸਿਲਸਿਲਾ। ਅੱਛਾ, ਜੇ ਮੈਂ ਮਾੜਾ ਜਿਹਾ ਸਕੂਲ 'ਚ ਗਾਉਣ ਲੱਗਿਆ ਤਾਂ ਜੇ ਸ਼ਾਇਦ ਮੈਂ ਕਿਤੇ ਉੱਥੇ ਹੀ ਰਹਿ ਜਾਂਦਾ, ਜਾਂ ਮਾਂ ਪਿਓ ਮੇਰੇ ਤਾਂ ਇੰਨੀ ਮਿਹਨਤ ਕਰਵਾਉਂਦੇ ਤਾਂ ਸ਼ਾਇਦ ਮੈਂ ਕਦੇ ਇਹ ਚੀਜ਼ ਅੱਗੇ ਨਹੀਂ ਸੀ। ਕੈਨੇਡਾ ਦਾ ਕਿੰਨਾ ਕੁ ਹੱਥ ਗਿਣਦੇ ਹੋ ਜੇ ਮੰਨ ਲਓ GNE 'ਚ ਜਾਂ ਕਿਤੇ ਉੱਥੇ ਹੀ ਕਿਸੇ ਯੂਨੀਵਰਸਿਟੀ 'ਚ ਚਲੇ ਜਾਂਦੇ, ਤੁਹਾਨੂੰ ਲੱਗਦਾ ਹਾਲ 'ਚ? ਮੈਂ ਤਾਂ ਆਉਣਾ ਨਹੀਂ ਸੀਗਾ ਜੀ, ਮੈਂ ਤਾਂ ਕੈਨੇਡਾ ਆਉਣਾ ਹੀ ਨਹੀਂ ਸੀਗਾ। ਅਤੇ ਕਿਵੇਂ ਆ ਗਏ? ਮੈਂ ਤੁਹਾਨੂੰ ਦੱਸਦਾ, ਕਿਸਮਤ ਲੈ ਕੇ ਆਈ ਹੈ ਜੀ। ਅੱਛਾ, ਕਿਸਮਤ ਲੈ ਕੇ ਆਈ ਹੈ ਅਤੇ ਕੁਛ ਮੰਮੀ ਪਾਪਾ ਦਾ ਹੱਥ ਸੀਗਾ ਉਸ ਦੇ ਵਿੱਚ। ਅਤੇ ਮੈਂ ਜਦੋਂ ਸਲਾਹ ਜੀ ਹੋਈ ਵੀ ਜਾਣਾ ਹੈਗਾ, ਮੈਂ ਜੀ ਮੈਂ ਨਹੀਂ ਜਾਣਾ ਹੈਗਾ। ਪਾਪਾ ਕਹਿੰਦੇ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਕੋਈ ਫੈਸਲਾ ਯਾਨੀ ਕਿ ਕਦੇ ਸੋਚ ਕੇ ਲਈ ਨਹੀਂ ਵੀ ਇੱਕ ਏਮ ਹੁੰਦਾ ਨਾ ਵੀ ਮੈਂ ਹੁਣ ਪਲੱਸ ਟੂ ਕਰ ਲਈ, ਮੈਂ ਇਦੋਂ ਬਾਅਦ ਡਿਗਰੀ ਕਰੂੰ, ਉਦੋਂ ਬਾਅਦ ਮੈਂ SDO ਬਣੂੰ, ਮੇਰਾ ਤਾਂ ਕਦੇ ਨਹੀਂ ਸੀਗਾ। ਅੱਛਾ, ਇੱਦਾਂ ਮੈਂ ਤਾਂ ਯਾਨੀ ਕਿ ਮਸਤ ਜਿਹੀ ਸੀ ਸ਼ੁਰੂ ਤੋਂ ਹੀ। ਮੈਨੂੰ ਇਹ ਹੁੰਦਾ ਸੀ ਵੀ ਚੱਲ ਠੀਕ ਹੈ, ਜੋ ਮੈਨੂੰ ਸਹੀ ਲੱਗਦਾ ਮੈਂ ਕਰ ਰਿਹਾ। ਮੈਨੂੰ ਮੰਮਾ ਪਾਪਾ ਕਹਿੰਦੇ ਯਾਰ ਤੂੰ ਆਹ ਕਰ ਲਾ, ਉਹ ਕਰ ਲਿਆ ਜੀ, ਆਹ ਕਰ ਲਿਆ, ਆਹ ਕਰ, ਯਾਨੀ ਕਿ ਫਿਰ ਮੈਂ ਜਦੋਂ ਸੋਚਿਆ, ਪਹਿਲਾਂ ਤਾਂ ਮੈਂ ਜਵਾਬ ਦਿੱਤਾ ਜੀ ਮੈਂ ਜਾਣਾ ਨਹੀਂ, ਮੇਰਾ ਵੀਜ਼ਾ ਵੀ ਆ ਗਿਆ ਸੀ। ਫਿਰ ਮੈਂ ਇਹ ਸੋਚਿਆ ਵੀ ਚੱਲ ਇੰਨੀ ਜ਼ਿੰਦਗੀ ਦੇ ਵਿੱਚ ਫੈਸਲੇ ਮੰਮੀ ਪਾਪਾ ਨੇ ਲਏ ਆ, ਸ਼ਾਇਦ ਜੇ ਇਹ ਵੀ ਹੋਊਗਾ ਤਾਂ ਇਹ ਵੀ ਸ਼ਾਇਦ ਵਧੀਆ ਹੀ ਹੋਊਗਾ। ਅੱਛਾ, ਅਤੇ ਹੁਣ ਪਤਾ ਲੱਗਦਾ ਵੀ ਉਹ ਚੀਜ਼ ਵੀ ਵਧੀਆ, ਬਹੁਤ ਵਧੀਆ ਸੀ, ਬਹੁਤ ਵਧੀਆ, ਬਹੁਤ ਵਧੀਆ ਸੀਗੀ। ਅਤੇ ਕੈਨੇਡਾ ਆਇਆ ਜੀ, ਥੋੜ੍ਹਾ ਬਹੁਤ ਚਲੋ ਮਿਹਨਤ ਤਾਂ ਸਾਰੀ ਕਰਦੇ ਨੇ, ਮੇਰੀ ਮਿਹਨਤ ਤਾਂ ਕੁਛ ਵੀ ਨਹੀਂ, ਜਦੋਂ ਇੱਥੇ ਕਰ ਰਹੇ ਨੇ ਸਾਰੇ, ਹੈ ਨਾ। ਅਤੇ ਪਰਮਾਤਮਾ ਦੇ ਰੰਗ ਭਾਗ ਲਏ ਜੀ। ਬਾਕੀ ਗੱਲ ਇਹ ਆ ਵੀ ਜਦੋਂ ਆਪਾਂ ਸੱਚੇ ਦਿਲੋਂ ਲੈ ਕੇ ਚੱਲਦੇ ਹਾਂ ਨਾ, ਸੱਚੀ ਸ਼ਿੱਦਤ ਨਾਲ ਤੁਰਦੇ ਹਾਂ ਜੀ, ਤਾਂ ਪਰਮਾਤਮਾ ਵੀ ਸਾਥ ਦਿੰਦਾ ਜੀ। ਮੇਰਾ ਤਾਂ ਬਹੁਤ ਦਿੱਤਾ ਜੀ। ਬਿਲਕੁਲ, ਸਿੱਧੂ ਮੂਸੇ ਵਾਲਾ ਇਸ ਵੇਲੇ ਇੱਕ ਮੈਂ ਕਹਾਂ ਅਤੇ ਕੋਈ ਅਤਕਥ ਨਹੀਂ, ਇੱਕ ਬ੍ਰਾਂਡ ਬਣ ਗਿਆ ਨਵੇਂ ਬੱਚਿਆਂ ਦੇ ਵਿੱਚ, ਕਾਫੀ ਤੁਹਾਡੇ ਨਾਂ ਦੀ, ਤੁਹਾਡੇ ਗੀਤਾਂ ਦੀ ਚਰਚਾ। ਹਾਂਜੀ ਹਾਂਜੀ। ਕਿੰਨੀ ਕੁ ਦੇਰ ਹੋ ਗਈ ਤੁਹਾਨੂੰ ਲਿਖਦਿਆਂ? ਲਿਖਦਿਆਂ ਨੂੰ ਤਾਂ ਮੈਨੂੰ ਕੋਈ ਬੜਾ ਟਾਈਮ ਨਹੀਂ ਹੋਇਆ ਜੀ, ਲਿਖਦੇ ਨੂੰ ਮੈਨੂੰ ਲੱਗਦਾ ਹੋ ਗਿਆ ਡੇਢ ਕੁ ਸਾਲ। ਅੱਛਾ, ਆਹੀ ਜੀ, ਬਹੁਤ
ਮੈਂ ਤਾਂ ਲਿਖਦੇ ਨਹੀਂ ਸੀ ਹੁੰਦਾ ਜੀ, ਮੈਂ ਤਾਂ ਗਾਉਂਦਾ ਹੁੰਦਾ ਜੀ ਮਾੜਾ ਮੋਟਾ ਜਿਹੜਾ ਗਾਉਂਦਾ ਸੀਗਾ। ਫਿਰ ਲਿਖਣ ਕਿਵੇਂ ਲੱਗ ਗਏ? ਲਿਖਣ ਜੀ ਬਸ ਤੁਹਾਨੂੰ ਪਤਾ ਹਰੇਕ ਬੰਦੇ ਦੀ ਜ਼ਿੰਦਗੀ 'ਚ ਹੁੰਦਾ ਕਦੇ ਕਦੇ ਹੀ। ਮੈਂ ਤਾਂ ਗਾਣਾ ਲੈਣ ਗਿਆ ਸੀ ਕਿਸੇ ਕੋਲ। ਕਿਹਦੇ ਕੋਲ? ਹੁਣ ਮੈਂ ਤੁਹਾਨੂੰ ਉਹਦਾ ਕਿਉਂ ਬਾਈ ਦਾ ਨਾਮ ਦੱਸਾਂ। ਕੀ ਕਹਿ ਕੇ ਜਵਾਬ ਦਿੱਤਾ ਜੀ? ਜਵਾਬ ਨਹੀਂ ਦਿੱਤਾ, ਬਸ ਜਵਾਬ ਹਾਂਜੀ ਲਾਰਾ ਵੀ, ਹਾਂ ਲਾਰੇ ਲਾ ਲਓ ਜੀ। ਪਰ ਮੈਂ ਤਾਂ ਕਹਿੰਦਾ ਵੀ ਜੇ ਬਾਈ ਮੈਨੂੰ ਨਾ ਉਹ ਕਹਿੰਦਾ ਤਾਂ ਸ਼ਾਇਦ ਇੱਥੇ ਨਾ ਆਉਂਦਾ। ਤੁਸੀਂ ਆਪ 'ਚ ਰਿੱਟਿਆ ਜੀ ਕੁਛ? ਹਾਂਜੀ ਉੱਦਣ ਦੀ ਸੱਟ ਲੱਗੀ ਮਹਾਂ। ਕੀ ਕਹਿ ਕੇ ਜਵਾਬ ਦਿੱਤਾ? ਚਲੋ ਨਾ ਨਾ ਲਓ, ਕੀ ਕਿਹਾ ਤੁਹਾਨੂੰ ਉਹਨਾਂ ਨੇ? ਲਾਰਾ ਕਿਹਾ ਕੁਛ ਨਹੀਂ ਜੀ, ਬਸ ਮੈਂ ਤੁਰਿਆ ਫਿਰਦਾ ਰਿਹਾ ਵੀ ਬਾਈ ਦੇ ਦਿਓ, ਕਹਿੰਦਾ ਬਾਈ ਆ ਜਾ ਆ ਜਾ। ਫਿਰ ਮੈਂ ਉੱਦਣ ਉਹਨਾਂ ਦੇ ਚੰਡੀਗੜ੍ਹ ਸੀ, ਮੈਂ ਗੇਟ ਦੀ ਤਿਆਰੀ ਕਰ ਰਿਹਾ ਸੀ, ਬਾਈ ਕਹਿੰਦਾ ਆ ਜਾ ਪਿੰਡ ਆ ਜਾ। ਮੈਂ ਪਿੰਡ ਵੀ ਚਲਾ ਗਿਆ, ਉੱਥੇ ਮੀਂਹ ਪੈ ਰਿਹਾ ਸੀ। ਅੱਛਾ ਜੀ। ਬਹੁਤ ਜ਼ਿਆਦਾ ਪਿੰਡ ਦੀ ਪਰਛੱਤੀ ਵੀ ਨਹੀਂ ਸੀਗੀ, ਉੱਥੇ ਮੀਂਹ ਪਈ ਜਾਂਦਾ, ਮਾਂ ਬਾਈ ਆ ਜਾ, ਕਹਿੰਦਾ ਬਾਈ ਯਾਰ ਮੀਂਹ ਪੈ ਰਿਹਾ ਯਾਰ ਤੂੰ ਚਲਾ ਜਾ। ਅਤੇ ਵੀ ਫਿਰ ਕਦੇ ਮਿਲਦੇ ਹਾਂ ਜੀ। ਉੱਦਣ ਮੈਂ ਮੀਂਹ 'ਚ ਭਿੱਜੀ ਜਾਵਾਂ, ਅੱਖਾਂ 'ਚੋਂ ਪਾਣੀ ਆਈ ਜਾਵੇ ਵੀ ਯਾਰ ਗਲਤ ਹੋ ਗਿਆ ਕੰਮ। ਹਾਂ ਮੈਂ ਬਾਈ ਦੀ ਬਹੁਤ ਇੱਜ਼ਤ ਕਰਦਾ, ਅੱਜ ਵੀ ਬਹੁਤ ਕਰਦਾ ਇੱਜ਼ਤ। ਅੱਛਾ ਜੀ। ਕਿਉਂਕਿ ਜੇ ਬਾਈ ਮੈਨੂੰ ਉੱਦਣ ਉਹ ਨਾ ਕਹਿੰਦਾ ਤਾਂ ਮੈਂ ਸ਼ਾਇਦ ਅੱਜ ਕੁਛ ਨਹੀਂ ਸੀ ਹੋਣਾ। ਇਸ਼ਕ ਠੋਕਰ 'ਤੇ ਹੀ ਮੁਸਕਰਾਉਂਦਾ ਜੀ। ਹਾਂ ਜੀ, ਠੋਕਰ ਨਾ ਲੱਗੇ ਤਾਂ ਆਪਾਂ ਤਾਂ ਰਿਸਪੈਕਟ ਕਰਦੇ ਹਾਂ, ਕੋਈ ਉਹਨਾਂ ਦੀ ਉਹ ਨਹੀਂ ਹੈਗੀ, ਉਹ ਆਪਾਂ ਰਿਸਪੈਕਟ ਕਰਦੇ ਹਾਂ। ਭਰਾ ਤੂੰ ਆਲਵੇਜ਼ ਵੱਡਾ ਸੀ, ਤੂੰ ਉਦੋਂ ਵੀ ਵੱਡਾ ਸੀ, ਤੂੰ ਹੁਣ ਵੀ ਵੱਡਾ। ਚਲੋ ਵੱਡਿਆਂ ਨੂੰ ਤਾਂ ਵੱਡੇ। ਹਾਂਜੀ ਹਾਂਜੀ, ਵੱਡਿਆਂ ਨੂੰ ਵੱਡੇ ਹੀ ਕਹਿਣਾ, ਆਲਵੇਜ਼ ਰਿਸਪੈਕਟ। ਪਰ ਮਾਫ਼ ਕਰਨ ਵਾਲਾ ਹਮੇਸ਼ਾ ਉਹਦੇ ਤੋਂ ਹੀ ਵੱਡਾ ਹੁੰਦਾ। ਹਾਂਜੀ ਹਾਂ, ਮਾਫ਼ ਤਾਂ ਮੈਂ ਤਾਂ ਕੋਈ ਹੈ, ਮੇਰੀ ਤਾਂ ਹਸਤੀ ਨਹੀਂ ਜੀ ਕੋਈ ਮੈਂ ਕਿਸੇ ਨੂੰ ਮਾਫ਼ ਕਰਾਂ। ਅਤੇ ਉੱਦਣ ਉਹ ਪੁਆਇੰਟ 'ਤੇ ਯਾਨੀ ਕਿ ਮੇਰੀ ਅੱਖਾਂ 'ਚੋਂ ਪਾਣੀ ਨਿਕਲਿਆ ਉੱਦਣ। ਮੈਂ ਯਾਰ ਵੀ ਮੈਂ ਬਹੁਤ ਦੂਰੋਂ ਆਇਆ ਸੀ, ਮੀਂਹ ਪਈ ਜਾਂਦਾ ਸੀ, ਕੱਪੜੇ ਭਿੱਜੀ ਜਾਂਦੇ ਸੀ। ਉੱਦਣ ਮੈਂ ਸੋਚਿਆ ਮੈਂ ਮਨਾ ਅੱਜ ਸਹੁੰ ਖਾਧੀ ਹੈ, ਨਾ ਕਿਸੇ ਦਾ ਲਿਖਿਆ ਗਾਵਾਂ, ਅਤੇ ਭਲਾ ਨਹੀਂ ਬਣ ਜਾਂ ਭਲਾ ਨਹੀਂ ਫੇਲ ਹੋ ਜਾਂ, ਆਪਦਾ ਲਿਖੂੰਗਾ। ਅੱਛਾ, ਵੀ ਗਾਉਣਾ ਵੀ ਹਮੇਸ਼ਾ ਆਪਦਾ ਹੀ ਹੈ? ਗਾਉਣਾ ਵੀ ਆਪਦਾ। ਸਹੁੰ ਤੋੜਨੀ ਨਹੀਂ ਜੀ ਕਦੇ? ਬਸ ਜੀ ਠੀਕ ਹੈ, ਮੈਨੂੰ ਜੀ ਫੀਲਿੰਗ ਹੀ ਨਹੀਂ ਆਉਂਦੀ ਮੈਂ ਕਿਸੇ ਦਾ ਗਾ ਰਿਹਾ। ਅੱਛਾ, ਮੈਨੂੰ ਇਹ ਦੱਸਿਓ, ਹਾਂਜੀ ਹਾਂਜੀ, ਉਹਨਾਂ ਦੇ ਜਵਾਬ ਦੇਣ ਤੋਂ ਬਾਅਦ ਜਾਂ ਲਾਰਾ ਲਾਉਣ ਤੋਂ ਬਾਅਦ, ਹਾਂਜੀ ਹਾਂਜੀ, ਕਿਹੜਾ ਪਹਿਲਾ ਗੀਤ ਲਿਖਿਆ ਸੀ? ਪਹਿਲਾ ਗੀਤ ਮੈਂ ਲਿਖਿਆ ਸੀਗਾ ਜੀ, ਉਹ ਤਾਂ ਮੈਨੂੰ ਵੀ ਨਹੀਂ ਯਾਦ ਹੈਗਾ ਵੀ ਹਾਂ ਮੈਂ ਲਿਖਿਆ ਸੀਗਾ, ਪਰ ਉਹ ਅਨਰਿਲੀਜ਼ਡ ਹੀ ਹੈਗਾ ਹਜੇ ਵੀ। ਡੈਟਸ ਵਾਈ ਉਹ ਇੱਕ ਲਿਖਿਆ ਸੀ, ਸਿੰਪਲ ਜਿਹਾ ਗਾਣਾ ਲਿਖਿਆ ਸੀ। ਕੋਈ ਮਾੜਾ ਮੋਟਾ ਯਾਦ ਹੈ? ਹਾਂਜੀ ਥੋੜ੍ਹਾ ਬਹੁਤ ਯਾਦ ਹੈ ਜੀ, ਤਾਂ ਕਿ ਪਤਾ ਲੱਗ ਜਾਵੇ ਵੀ ਕਿੱਥੋਂ ਕੁ ਤੁਰਨਾ ਕਿਵੇਂ ਸਿੱਖਿਆ। ਉਹ ਬਸ ਉਹ ਹੌਲੀ ਹੌਲੀ ਜਿਹਾ ਗਾਣਾ ਬਣਿਆ ਸੀਗਾ, ਉਹ ਗਾਣਾ ਸੀਗਾ ਰੋਮੈਂਟਿਕ ਜਿਹਾ ਗਾਣਾ ਸੀਗਾ, ਜਦੋਂ ਜਿਹੋ ਜਿਹੇ ਮੈਂ ਹੁਣ ਤੱਕ ਲਿਖਦੇ ਨਹੀਂ ਹੁਣ। ਉਹ ਗਾਣਾ ਸੀ ਕਹਿੰਦਾ ਮੈਂ ਖਾਬ ਜੋ ਸਜਾਏ ਸਦਾ ਤੈਨੂੰ ਦੇਖਿਆ, ਵੇ ਮੈਂ ਸਿੱਕੇ ਦੀ ਪੱਠੀ ਵਿੱਚ ਦਿਲ ਸੇਕਿਆ, ਸਭ ਜਾਣ ਕੇ ਨਾ ਬਣ ਅਣਜਾਣ ਸੋਹਣਿਆ, ਮੇਰੀ ਜ਼ਿੰਦਗੀ ਦਾ ਤੂੰ ਐ ਅਰਮਾਨ ਸੋਹਣਿਆ, ਗੱਲ ਜਾਣ ਦੀ ਨਾ ਕਰ ਲੈ ਕੇ ਜਾਣ ਸੋਹਣਿਆ। ਇਹ ਕੁਛ ਕੁ ਬੋਲ ਲਿਖੇ ਸੀਗੇ। ਅੱਛਾ ਜੀ। ਅਤੇ ਫਿਰ ਮੈਂ ਟੁੱਟੀਆਂ ਭੱਜੀਆਂ ਜਿਹੀਆਂ ਲਿਖੀ ਗਿਆ ਜੀ, ਲਿਖੀ ਗਿਆ ਹੌਲੀ ਹੌਲੀ, ਜਦੋਂ ਮੈਂ ਮੇਥੋਂ ਸੀਨੀਅਰ ਦੇਖੇ ਵੀ ਯਾਰ ਇਹ ਬੰਦੇ ਘੈਂਟ ਲਿਖਦੇ ਨੇ। ਸਾਰਾ ਕੁਛ ਪੰਜਾਬ 'ਚ ਹੀ ਵਾਪਰਿਆ? ਸਾਰਾ ਕੁਛ ਜੀ, ਮੇਰੇ ਕਾਲਜ ਟਾਈਮ ਜੀ, ਮੇਰੀ ਡਿਗਰੀ 'ਚ ਫਾਈਨਲ ਈਅਰ ਸੀ। ਕਿਹੜੇ ਸਾਲ ਦੀ ਗੱਲ ਹੈ ਜੀ? ਇਹ ਹੈਗੀ ਹੈ ਜੀ 2015 'ਚ ਸਟਾਰਟ ਹੋਇਆ ਕੰਮ। ਅੱਛਾ। ਅਤੇ ਮੈਨੂੰ ਐਂ ਜੀ ਮਾਂ 2015 ਨੇ ਮਿਡ ਜੇ 'ਚ। ਅੱਛਾ। ਹੌਲੀ ਹੌਲੀ ਕਰਿਆ ਕਰੀ ਗਿਆ, ਇਦੋਂ ਬਾਅਦ ਫਿਰ ਅੱਪੀ ਬਾਬੇ ਨੇ ਬਾਂਹ ਫੜ ਲਈ। ਫਿਰ ਕੈਨੇਡਾ 'ਚ ਕਿਹੜੇ ਸਾਲ ਹੈ? ਕੈਨੇਡਾ 'ਚ ਤਾਂ ਮੈਂ ਹੁਣੀ ਆਈ ਦਸੰਬਰ 'ਚ, ਆ 2016 ਦਸੰਬਰ 'ਚ। ਫਿਰ ਆਉਂਦਿਆਂ ਨਹੀਂ ਇੱਥੇ ਚੱਕੀ ਰੋਣਾ ਚਲਾ ਤਾ? ਬਾਬੇ ਨੇ ਚਲਾਇਆ ਜੀ, ਆਪਾਂ ਤਾਂ ਨਹੀਂ। ਕੌਣ ਮਿਲਿਆ, ਕਿਹਨੇ ਹੱਲਾਸ਼ੇਰੀ ਦਿੱਤੀ ਜਾਂ ਸਾਰਾ ਕੁਛ ਆਪ ਕੀਤਾ ਬਾਬੇ ਨੇ ਕਰਾਇਆ? ਬਸ ਜੀ ਮੈਂ ਤਾਂ ਕਹਿੰਦਾ ਵੀ ਟੈਲੈਂਟ ਆਲਵੇਜ਼ ਪੌੜੀਆਂ ਬਣਨਾ ਹੁੰਦਾ ਜੀ, ਹਨਾ। ਜਦੋਂ ਕੋਈ ਤੁਹਾਡੇ 'ਚ ਮਾੜਾ ਮੋਟਾ ਕੱਢਣਾ ਪਾਉਣ ਨੂੰ ਹੁੰਦਾ ਤਾਂ ਜਿਹਨਾਂ ਨੂੰ ਹੁੰਦਾ ਤਾਂ ਉਹ ਆਪ ਹੀ ਚੱਲ ਕੇ ਆਉਂਦੇ ਨੇ ਤੁਹਾਡੇ ਤੱਕ ਤੁਹਾਡਾ ਟੈਲੈਂਟ ਤੋਂ ਬਿਨਾਂ। ਕੌਣ ਚੱਲ ਕੇ ਆਇਆ? ਯਾਨੀ ਕਿ ਥੋੜ੍ਹਾ ਬਹੁਤ ਜਾਂ ਤੁਸੀਂ ਚੱਲ ਕੇ ਗਏ? ਯਾਰ ਮਿੱਤਰ ਸੀਗੇ ਜੀ ਇੱਕ ਦੋ, ਅਤੇ ਉਹ ਕਹਿੰਦੇ ਵੀ ਐਵੇਂ ਕਰਕੇ ਵੀ ਇੱਥੇ ਐਲੀ ਮਾਂਗਟਾ ਜਾਂ ਸਾਰੇ ਬਾਈ ਉਹਨਾਂ ਨਾਲ ਮਿਲਿਆ, ਜਿੰਨੀ ਵੀ ਇੰਡਸਟਰੀ ਸੀ ਉੱਥੇ ਸਾਰੇ ਬਾਈ ਉਹਨਾਂ ਨੇ ਵੀ ਸੁਣਿਆ, ਉਹ ਕਹਿੰਦੇ ਵਧੀਆ ਦੀਪ ਬਾਈ ਸੀ, ਵਧੀਆ ਗਾਣੇ ਜੇ ਦਿੱਤੇ ਦੋ ਕੀਤੇ, ਅਤੇ ਉਹ ਵਧੀਆ ਲੋਕਾਂ ਨੇ ਰਿਸਪੋਂਸ ਦਿੱਤਾ। ਕਿਹੜਾ ਗੀਤ ਕੀਤਾ ਸੀ ਪਹਿਲਾਂ? ਪਹਿਲਾ ਗਾਣਾ ਕੀਤਾ ਜੀ ਕੈਡੀ ਲੈ ਕੇ ਕੀਤਾ ਸੀ ਐਲੀ ਮਾਂਗਟ ਨਾਲ ਜੀ। ਅੱਛਾ। ਅਤੇ ਦੋ ਗਾਣੇ ਫਿਰ ਉਹ ਤੋਂ ਬਾਅਦ ਹੋਰ ਕੀਤੇ, ਫਿਰ ਇੱਕ ਦੀਪ ਬਾਈ ਨਾਲ ਕੀਤਾ ਆ ਗਿਆ ਨਹੀਂ ਉਹੀ ਬਿੱਲੋ ਟਾਈਮ, ਉਦੋਂ ਬਾਅਦ ਆਪਦਾ ਕਰਤਾ ਜੀ। ਅੱਛਾ। ਪਹਿਲਾਂ ਤੁਹਾਡੇ ਲਿਖੇ ਉਹਨਾਂ ਨੇ ਕੀਤੇ? ਹਾਂਜੀ, ਉਦੋਂ ਮੈਂ ਇੰਡੀਆ ਵੀ ਇੱਕ ਗਾਣਾ ਕਰਕੇ ਆਇਆ ਸੀਗਾ ਨਿੰਜੇ ਨਾਲ ਹੀ। ਅੱਛਾ। ਸੰਸ ਉਹ ਵੀ ਮੇਰਾ ਲਿਖਿਆ ਹੋਇਆ ਸੀਗਾ, ਅਤੇ ਉਹ ਵੀ ਬਹੁਤ ਘੈਂਟ ਚੱਲਿਆ ਸੀ ਉਹਨਾਂ ਟਾਈਮਾਂ 'ਚ। ਅਤੇ ਆਹ ਦੂਜੇ ਫਿਰ ਦੂਜੇ ਵੀ ਵਧੀਆ ਚੱਲੇ ਗਾਣੇ, ਆ ਗਿਆ ਨਹੀਂ ਉਹੀ ਬਿੱਲੋ ਟਾਈਮ, ਬਹੁਤ ਵਧੀਆ ਹਿੱਟ ਗਿਆ ਗਾਣਾ। ਅਤੇ ਫਿਰ ਉਦੋਂ ਬਾਅਦ ਮੈਂ ਆਪਦੇ ਲੀਕ ਹੋ ਗਏ ਮੇਰੇ। ਆਪਦਾ ਕਿਹੜਾ ਗੀਤ ਸੀ ਪਹਿਲਾਂ? ਆਪਦਾ ਮੇਰਾ ਪਹਿਲਾਂ ਜੱਟ ਉਸ ਪਿੰਡ ਤੋਂ ਬਿਲੋਂਗ ਕਰਦਾ ਜੀ। ਦੋ ਬੋਲ ਸੁਣਾਓ ਜੀ। ਉਹ ਗਾਣਾ ਸੀਗਾ ਕਹਿੰਦਾ
ਹੋ ਜਿੱਥੇ ਖੱਬੀ ਖਾਣ ਨੇ ਘਰਾਣੇ ਬੱਲੀਏ ਬੈਲੀਆਂ ਦੇ ਵੱਡ ਖਾਣੇ ਲਾਣੇ ਬੱਲੀਏ ਰੱਖ ਕਿਰਪਾਨਾਂ ਉੱਤੇ ਖਾਂਦੇ ਰੋਟੀਆਂ ਆ ਉੱਥੋਂ ਦੇ ਨਿਆਣੇ ਕੀ ਸਿਆਣੇ ਬੱਲੀਏ ਹੋ ਜੀਰੇ ਉੱਤੇ ਆਖੇ ਉਹ ਅਚੀਵ ਕਰਦੇ ਆ ਅੜੀ ਦੀ ਗਵਾਹੀ ਸਾਰਾ ਜੱਗ ਭਰਦਾ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ ਜੱਟ ਉਸ ਪਿੰਡ ਤੋਂ ਬਲੌਂਗ ਕਰਦਾ। ਮੈਨੂੰ ਇਹ ਦੱਸਿਓ, ਹਾਂਜੀ, ਇਹ ਪਹਿਲਾਂ ਹੀ ਡਿਊਟ ਗੀਤ ਸੀ ਜਾਂ ਸੋਲੋ ਸੀ? ਇਹ ਡਿਊਟ ਸੀਗਾ ਹੀ ਗਾਣਾ, ਪਹਿਲਾਂ ਹੀ ਲਿਖਿਆ? ਹਾਂਜੀ, ਉਹ ਮੈਂ ਹਾਂ ਬਸ ਡਿਊਟ ਸੀਗਾ ਹੀ ਗਾਣਾ, ਉਦੋਂ ਬਾਅਦ ਦੇਖ ਲਓ ਕੱਚ ਪੱਕ। ਨਹੀਂ 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 ਜੀ, ਡਿਊਟ ਸੀਗਾ ਗਾਣਾ। ਅੱਛਾ, ਉਹਦਾ ਮੈਂ ਮਾਹੌਲ ਜਿਹਾ ਇਹੋ ਜਿਹਾ ਦੇਖਿਆ ਵੀ ਮਾਹੌਲ ਹੀ ਸਿਰਜਦਾ ਹੁੰਦਾ ਹੀ ਗੀਤ, ਤੁਹਾਨੂੰ ਪਤਾ ਤੁਸੀਂ ਆਪ ਗੀਤ ਗਾ ਰਹੇ ਹੋ ਪਹਿਲਾਂ, ਤੁਹਾਨੂੰ ਮੇਰੇ ਨਾਲੋਂ ਵੱਧ ਬਸ ਸੀਨੀਅਰ ਹੋ ਮੈਂ ਤੁਸੀਂ ਜੀ, ਅਤੇ ਮਾਹੌਲ ਜਿਹਾ ਹੋਇਆ ਹੀ ਮੈਂ ਲਿਖਤਾ ਬਸ, ਅਤੇ ਰਿਕਾਰਡ ਕਰਤਾ ਅਤੇ ਉਹ ਲੀਕ ਹੋ ਗਿਆ। ਲੀਕ ਹੋ ਗਿਆ ਅਤੇ ਉਹ ਸਾਰਾ ਕੰਮ ਸੂਤ ਘੈਂਟ ਹੋ ਗਿਆ ਕੰਮ ਹੋਰ ਜੀ, ਉਹ ਲੀਕ ਹੋ ਕੇ ਵੀ ਚੱਲ ਗਿਆ। ਅੱਛਾ, ਅਤੇ ਫਿਰ ਮੈਨੂੰ ਉਹਦੀ ਮਜ਼ਬੂਰੀ 'ਚ ਸਾਰੇ ਮੇਰੇ ਇਹੋ ਜਿਹਾ ਮਾਰਨ ਲੱਗ ਗਏ ਨਾਲ ਦੇ ਵੀ ਤੂੰ ਗਾਣਾ ਤੇਰਾ ਚੱਲ ਹੀ ਜਾਂਦਾ, ਤੂੰ ਵੀਡੀਓ ਨਹੀਂ ਬਣਾਉਂਦਾ। ਅੱਛਾ, ਮੈਂ ਵੀਡੀਓ ਬਣਾ ਲੈਂਦੇ ਹਾਂ, ਵੀਡੀਓ ਬਣਾ ਲਈ ਜੀ ਫਿਰ। ਅਤੇ ਹੁਣ ਇਹ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕੋਈ ਸੁਖਾਲਾ ਕੰਮ, ਕੋਈ ਸਸਤਾ ਕੰਮ ਨਹੀਂ, ਤੁਸੀਂ ਸਟੂਡੈਂਟ ਦੇ ਤੌਰ 'ਤੇ ਆਇਓ, ਕੋਈ ਬਹੁਤਾ ਮੇਰੇ ਖਿਆਲ ਦੇ ਵਿੱਚ ਰੁਜ਼ਗਾਰ ਦਾ ਵੀ ਪ੍ਰਬੰਧ? ਮੈਂ ਤਾਂ ਜੀ ਇੱਕੋ ਹੀ ਗੱਲ ਕਹਿੰਦਾ ਹੁੰਦਾ ਵੀ ਜੋ ਜਿੰਨੇ ਕੁ ਜੋਗਾ ਹੈਗਾ, ਪਹਿਲਾਂ ਤਾਂ ਮੇਰੇ ਮੰਮੀ ਡੈਡੀ ਨੇ, ਜੋ ਮੰਮਾ ਪਾਪਾ ਨੇ ਜੋ ਮੈਨੂੰ ਸਿੱਖਿਆ ਦਿੱਤੀ ਜਿੰਨੇ ਕੁ ਜੋਗੇ, ਜਿੰਨੇ ਕਾਬਲ ਕੀਤਾ। ਦੂਜੇ ਮੇਰੇ ਯਾਰ ਦੋਸਤ ਨੇ, ਯਾਰ ਦੋਸਤ ਵੀ ਨਹੀਂ ਮੇਰੇ ਭਰਾ ਨੇ, ਜਿੰਨੇ ਵੀ ਅਬਾ ਨਾਲ ਆਏ ਨੇ, ਕਨਵਰ ਹੁਣੀ ਆਏ ਨੇ, ਨਵਜੋਤ ਬਾਈ ਹੈ, ਜੋਤੀ ਬਾਈ, ਅਤੇ ਉੱਥੇ ਜਿਹੜੇ ਮੇਰੇ ਰਹਿੰਦੇ ਨੇ ਮੇਰੇ ਨਾਲ, ਉਹ ਨੇ ਸਾਰੇ ਮੇਰੇ ਵੀਰ, ਬਹੁਤ ਵੱਡਾ ਗਰੁੱਪ ਹੈ ਸਾਡਾ, ਇੱਕ ਜਣਾ ਨੇ, ਇੱਕ ਜਣੇ ਦੇ ਨਾਲ ਕਦੇ ਪੋਸੀਬਲ ਨਹੀਂ ਹੁੰਦੀ ਕੋਈ ਚੀਜ਼। ਪਰ ਆਮ ਤੌਰ 'ਤੇ ਮੈਂ ਸਿੱਧੂ ਹੀ ਦੇਖਿਆ, ਬਹੁਤ ਸਾਰੇ ਲੋਕ ਨੇ ਉਹ ਤੁਹਾਡੇ ਵਾਂਗ ਹੀ ਸਟਾਰਟ ਕਰਦੇ ਆ। ਹਾਂਜੀ ਹਾਂਜੀ, ਹੌਲੀ ਹੌਲੀ ਤੁਹਾਡੇ ਵਾਂਗ ਸਟਾਰ ਵੀ ਬਣ ਜਾਂਦੇ। ਹਾਂਜੀ, ਪਹਿਲੇ ਯਾਰ ਕੁਛ ਹੋਰ ਹੁੰਦੇ ਨੇ, ਹਾਂਜੀ, ਸਾਲ ਬਾਅਦ ਸ਼ੋਅ ਕਰਨ ਇੱਥੇ ਸਾਡੇ ਕੋਲ ਹੀ ਆਉਂਦੇ ਨੇ, ਉਹਨਾਂ ਦੇ ਯਾਰ ਵੀ ਬਦਲੇ ਹੁੰਦੇ ਨੇ ਅਤੇ ਦਿਲਦਾਰ ਵੀ ਬਦਲੇ ਹੁੰਦੇ ਨੇ। ਉਹ ਤਾਂ ਗੱਲ ਓਬੀਅਸ ਜੀ ਹੈਗੀ ਹੈ ਜੀ, ਇਹ ਤਾਂ ਹੁੰਦਾ ਹੀ ਹੁੰਦਾ, ਇਹ ਤਾਂ ਤੁਸੀਂ ਬਦਲੋਗੇ ਤਾਂ ਮਤਲਬ ਯਾਰ, ਹੈਂਜੀ, ਯਾਰ ਤੁਹਾਡਾ ਹੀ ਬਦਲਣਗੇ ਯਾਰ। ਹੁਣ ਤਾਂ ਦੇਖੋ ਜੀ, ਅੱਜ ਦੀ ਕੰਡੀਸ਼ਨ ਇਹ ਹੈ ਵੀ ਮੈਂ ਜਿਉਂਦਾ ਵੀ ਨਹੀਂ ਉਹਨਾਂ ਬਿਨਾਂ, ਠੀਕ ਹੈ, ਅਤੇ ਮੈਨੂੰ ਇਹ ਵੀ ਹੈਗਾ ਅਤੇ ਮੈਂ ਕਦੇ ਜਿਉਂਗਾ ਵੀ ਨਹੀਂ, ਮੈਨੂੰ ਜਿੰਨਾ ਕੁ ਮੈਨੂੰ ਮੇਰਾ ਪਤਾ, ਤੇ ਸਾਰੇ ਜਿੰਨੇ ਮੇਰਾ ਨਾਲ ਉਹਨਾਂ ਨੂੰ ਵੀ ਪਤਾ ਮੈਂ ਕਿਹੋ ਜਿਹਾ ਦਾਇਰਾ ਵੱਡਾ ਹੁੰਦਾ ਜਾਵੇ ਉਹ ਗੱਲ ਵਧੀਆ ਦਾਇਰਾ। ਹਾਂਜੀ, ਦਾਇਰਾ ਜਿਹੜੀ ਮੈਂ ਤੁਹਾਨੂੰ ਮੈਂ ਦੱਸਦਾ ਜੀ, ਦੋਸਤ ਮਿੱਤਰ ਉਹਦੀ ਔਕਾਤ ਹੁੰਦੀ ਹੈ ਜੀ, ਬਿਲਕੁਲ ਠੀਕ ਹੈ, ਇਹ ਮੇਰੀ ਔਕਾਤ ਨੇ ਜਿੰਨੇ ਮੇਰੇ ਨਾਲ ਬੈਠੇ ਨੇ, ਮੈਨੂੰ ਇਹਨਾਂ ਨੂੰ ਪਤਾ ਮੈਂ ਕਿੰਨੇ ਯੋਗਾ ਅਤੇ ਇਹਨਾਂ ਨੂੰ ਪਤਾ ਮੈਂ ਕਿੱਥੋਂ ਸਟਾਰਟ ਕੀਤਾ, ਅਤੇ ਜੇ ਮੈਨੂੰ ਬਥੇਰੇ ਵੱਡੇ ਵੱਡੇ ਮੈਂ ਮਿਲਦੇ ਨੇ ਜੀ, ਬਹੁਤ ਬਹੁਤ ਕੁਛ ਦੇਖਦਾ ਮੈਂ, ਪਰ ਜੋ ਮੈਨੂੰ ਜਦੋਂ ਮੈਂ ਕੁਛ ਨਹੀਂ ਸੀ, ਜਦੋਂ ਮੈਨੂੰ ਉਹ ਮਿਲੇ ਸੀ ਨਾ, ਉਹ ਮੈਨੂੰ ਉਹ ਟਾਈਮ ਦਾ ਚੇਤਾ ਕਰਾਉਂਦੇ ਨੇ, ਜਿੱਦਣ ਮੈਂ ਛੱਡ ਗਿਆ ਮੈਂ ਕਹਿੰਦਾ ਕੁਛ ਰਹਿਣੀ ਨਹੀਂ। ਪਰ ਮੈਂ ਇਹ ਵੇਖਿਆ ਤੁਸੀਂ ਜਿਹੜੇ ਵੱਡੇ ਵੱਡੇ ਸਟਾਰ ਵੀ ਨੇ, ਹਾਂਜੀ, ਪਹਿਲਾਂ ਉਹ ਸਾਰਿਆਂ ਨੂੰ ਚੇਤਾ ਹੁੰਦਾ ਕਿ ਮੇਰੇ ਮਾੜੇ ਟਾਈਮ 'ਚ ਖੜੇ ਨੇ ਜਦੋਂ ਮੈਂ ਕੁਛ ਵੀ ਨਹੀਂ ਸੀ, ਬਾਅਦ ਦੇ ਵਿੱਚ ਉਹਨਾਂ ਨੂੰ ਤੁਹਾਡਾ ਪਤਾ ਹੁੰਦਾ ਕਿ ਚਾਹ ਤੈਨੂੰ ਜਾਣਦੇ ਸੀ, ਤੂੰ ਕਿੱਥੋਂ ਤੁਰਿਆ। ਜਿਹੜੇ ਨਵੇਂ ਮਿਲਦੇ ਨੇ ਉਹ ਭਾਜੀ ਭਾਜੀ ਹੱਥ ਜੋੜਦੇ ਰਹਿੰਦੇ ਨੇ, ਕਿਉਂਕਿ ਉਹਨਾਂ ਨੇ ਤੁਹਾਨੂੰ ਸਟਾਰ ਹੀ ਦੇਖਿਆ। ਫਿਰ ਬੰਦਾ ਸੋਚਦਾ ਯਾਰ ਇਹ ਮੈਨੂੰ ਭਾਜੀ ਕਹਿੰਦੇ ਨੇ, ਇਹਨਾਂ ਨੂੰ ਮੈਨੂੰ ਕਹਿਣਾ ਪੈਂਦਾ, ਮੈਂ ਇਹਨਾਂ ਤੋਂ ਲੈਣਾ ਕੀ ਆ, ਕੜੀ ਲੈਣੀ ਹੈ। ਹੌਲੀ ਹੌਲੀ ਬੰਦਾ ਮੈਂ ਬਦਲਦੇ ਵੇਖੇ ਨੇ। ਪਰ ਸਿੱਧੂ ਮੂਸੇ ਵਾਲੇ ਤੋਂ ਮੈਂ ਪੁੱਛਣਾ ਚਾਹੁੰਦਾ ਕਿ ਉਹ ਜਿਸ ਤੁਸੀਂ ਬਹੁਤ ਵਧੀਆ ਗੱਲ ਕਰੀ ਹੈ ਕਿ ਯਾਰ ਤੁਹਾਡੀ ਔਕਾਤ ਹੁੰਦੇ ਨੇ, ਹਾਂਜੀ, ਉਹ ਤੁਹਾਨੂੰ ਯਾਦ ਵੀ ਕਰਾਉਂਦੇ ਰਹਿੰਦੇ ਨੇ, ਤੁਹਾਡੇ ਵਰਗੇ ਹੁੰਦੇ ਨੇ, ਹਾਂਜੀ ਹਾਂਜੀ, ਤੁਸੀਂ ਉਹਨਾਂ ਚੋਂ ਨਿਕਲੇ ਹੁੰਦੇ ਹੋ, ਹਾਂਜੀ ਹਾਂਜੀ। ਪਰ ਸਿੱਧੂ ਮੂਸੇ ਵਾਲਾ ਜਿਸ ਤਰ੍ਹਾਂ ਕਹਿੰਦਾ ਵੀ ਉਹਨਾਂ ਨੂੰ ਲੈ ਕੇ ਸਾਹ ਚੱਲਦੇ ਆ, ਉਹਨਾਂ ਦੇ ਨਾਲ ਜਿਉਂਦਾ, ਮੈਂ ਮੇਰੇ ਕਿਉਂਕਿ ਹੁਣ ਮੇਰੀ ਫੈਮਿਲੀ ਤਾਂ ਇੰਡੀਆ ਜੀ, ਬਿਲਕੁਲ ਇਹੀ ਮੇਰੀ ਫੈਮਿਲੀ ਤਾਂ ਇੰਡੀਆ, ਠੀਕ ਹੈ ਜੀ, ਮੇਰੇ ਤਾਂ ਫੈਮਿਲੀ ਹੈ, ਬਿਲਕੁਲ ਜੇ ਹੁਣ ਮੈਂ ਫੈਮਿਲੀ ਨੂੰ ਹੀ ਛੱਡ ਦੂੰਗਾ ਫਿਰ ਮੈਂ ਰੋਟੀ ਕਿੱਥੋਂ? ਜਿਹੜੇ ਯਾਰ ਨੇ ਜਦੋਂ ਤੁਸੀਂ ਆਮ ਘਰੇ ਬੈਠਦੇ ਹੋ, ਜਿੱਥੇ ਵੀ ਤੁਸੀਂ ਰਹਿੰਦੇ ਹੋ, ਜਿੱਥੇ ਤੁਸੀਂ ਜਾਂਦੇ ਹੋ, ਕਿਹੋ ਜਿਹੇ ਗੀਤਾਂ ਦੀ ਫਰਮਾਇਸ਼ ਕਰਦੇ? ਯਾਰ ਤਾਂ ਜੀ ਮੈਂ ਜਿਹੋ ਜਿਹਾ ਸੁਣਾ ਦਿੰਦਾ ਮੇਰੇ ਤਾਂ ਉਹੀ ਪਸੰਦ ਕਰ ਦਿੰਦੇ ਬਾਈ, ਸਹੀ ਹੈ ਜਿੱਥੇ ਮੇਰਾ ਮਾੜਾ ਮੋਟਾ, ਮੈਨੂੰ ਜਿੰਨਾ ਚਿਰ ਆਪ ਨੂੰ ਨਹੀਂ ਸਵਾਦ ਆਉਂਦਾ ਜੀ ਗਾਉਣ ਦਾ, ਉਨਾ ਚਿਰ ਮੈਂ ਸੁਣਾਉਂਦੀ ਨਹੀਂ ਹੁੰਦਾ ਕਿਸੇ ਨੂੰ, ਮੈਨੂੰ ਜਿੰਨਾ ਚਿਰ ਕਹਿੰਦੇ ਵੀ ਬਾਈ ਆਹ ਗਲਤ ਆ ਤਾਂ ਮੈਂ ਸੁਣਾਉਂਦੀ ਨਹੀਂ ਕਿਸੇ ਨੂੰ ਮੈਨੂੰ ਆਪ, ਪਰ ਮੈਨੂੰ ਹਾਂ ਮੈਨੂੰ ਇੰਨੀ ਆਪਦੇ ਆਪ ਨੂੰ ਜੱਜਮੈਂਟ ਹੋ ਜਾਂਦੀ ਹੈ, ਪਤਾ ਨਹੀਂ ਕਿਵੇਂ ਪਰਮਾਤਮਾ ਦੀ ਕਿਰਪਾ, ਕਿਵੇਂ ਮੈਨੂੰ ਪਤਾ ਲੱਗ ਜਾਂਦਾ ਹੁੰਦਾ ਵੀ ਯਾਰ ਆਹ ਵਧੀਆ ਲੱਗੂ ਇਹਨਾਂ ਨੂੰ, ਫਿਰ ਮੈਂ ਉਹ ਸੁਣਾਉਂਦਾ ਵੀ ਬਾਈ ਆਹ ਚੱਕਰ, ਜੇ ਉਹਨਾਂ ਨੂੰ ਨਹੀਂ ਵੀ ਵਧੀਆ, ਕਈ ਵਾਰੀ ਇੱਦਾਂ ਹੁੰਦਾ ਤਾਂ ਵੀ ਕਹਿ ਦਿੰਦੇ ਨੇ ਵਾਹ ਵਧੀਆ, ਹਾਂ ਜੀ ਹਾਂ ਵੀ ਸਿੱਧੂ ਯਾਰ ਆਹ ਨਾ ਥੋੜ੍ਹਾ ਜਿਹਾ ਘੱਟ ਵੀ ਇਹ ਹੋਰ ਮਿੱਠਾ ਪਾਉਣ ਵਾਲੇ 'ਚ, ਫਿਰ ਮੈਂ ਕਹਿੰਦਾ ਵੀ ਚੱਲ ਕੋਈ ਨਹੀਂ, ਫਿਰ ਮੈਂ ਹੁਣ ਜਿੱਦਣ ਵਧੀਆ ਬਣਾਇਆ ਉਦਣ ਸੁਣਾਓ, ਫਿਰ ਉਧੇੜ ਬਣ ਲੈਂਦੇ ਹੋ, ਹੈਂਜੀ ਉਧੇੜ ਬਣ ਲੈਂਦੇ ਹੋ ਉਸ ਗੀਤ ਨੂੰ? ਇਹ ਤਾਂ ਜੀ ਗੀਤ ਤਾਂ ਬਣਦੀ ਢੇਟੇ ਨੇ, ਅੱਛਾ, ਯਾਨੀ ਕਿ ਕਈ ਵਾਰੀ ਕਮੀ ਹੁੰਦੀ ਹੈ, ਫਿਰ ਉਹਨੂੰ ਦੁਬਾਰੇ ਗਾਉਣਾ, ਦੁਬਾਰੇ ਗਾਉਣਾ, ਦੁਬਾਰੇ ਘੈਂਟ ਕਰਦਾ, ਹੋਰ ਲਿਖਦਾ, ਹੋਰ ਲਿਖਦਾ ਵੀ ਆਹ ਨਹੀਂ ਵਧੀਆ। ਮੈਂ ਤਾਂ ਜੀ ਗਾਣੇ ਹੀ ਸਵਾਲ ਲੈ ਲਿਖਦਾ, ਮੈਂ ਤਾਂ ਹੁਣ ਆਪਣਾ ਕੋਈ ਹੋਰ, ਮੈਂ ਤਾਂ ਜੀ ਬਿਜ਼ਨਸ ਥੋੜ੍ਹੀ ਮੈਂ ਕਰਦਾ, ਮੈਂ ਤਾਂ ਵਧੀਆ ਲੱਗਦੇ ਸੀ ਗਾਣੇ, ਅਤੇ ਹੁਣ ਮੈਂ ਗਾਣੇ ਵੀ ਬਹੁਤ ਘੱਟ ਕਰਦਾ ਕਿਉਂਕਿ ਗਾਣੇ ਫਿਰ ਉਹ ਬਿਜ਼ਨਸ ਹੀ ਬਣ ਜਾਂਦਾ, ਆਮ ਹੋ ਜਾਂਦੇ ਨੇ ਬਹੁਤ ਗਾਣੇ, ਮੈਨੂੰ ਮੈਂ ਵੀ ਚੱਲ ਯਾਰ ਥੋੜ੍ਹੇ ਕਰਾਂਗੇ, ਦੋ ਕਰਾਂਗੇ,
ਹੁਣ ਮੇਰਾ ਯਾਨੀ ਕਿ ਵਿੱਚੋਂ ਜਿਵੇਂ ਭੁੱਲ ਗਿਆ ਸੀ ਚੀਜ਼ ਨੂੰ ਵੀ ਛੱਡ ਯਾਰ ਹੈ ਨਾ ਵੀ ਵੀ ਲਿਖਦਾ ਹੁੰਦਾ ਸੀ ਕਦੇ ਮਹੀਨੇ 'ਚ ਇੱਕ ਲਿਖ ਲਿਆ ਦੋ ਮਹੀਨੇ 'ਚ ਇੱਕ ਲਿਖ ਲਿਆ ਆਹ ਹੁਣ ਫਿਰ ਰੁੜ ਪਿਆ ਕੰਮ ਜੀ ਜਾਣੀ ਕਿੰਨੀ ਕੁ ਕਮਾਈ ਸੀਗੀ ਜਿਹੜੀ ਉਹ ਲੱਗ ਗਈ ਨੌ ਗਾਣੇ ਲੰਘ ਗਏ ਉਹ ਨੌ ਜਾਂ 11 ਗਾਣੇ ਇੱਕ ਮਹੀਨੇ 'ਚ ਹੁਣ ਇਹਦਾ ਵੀ ਚੱਲ ਲਿਖ ਲਈਏ ਹੋਰ ਲਿਖ ਲਈਏ ਹੈ ਨਾ ਹੁਣ ਇਹ ਵੀ ਦਿਮਾਗ ਜਿਹਾ ਫਰੈਸ਼ ਵੀ ਹੈ ਵੀ ਚੱਲ ਪਿਆਰ ਮਿਲਿਆ ਗਾਣਿਆਂ ਨੂੰ ਚੱਲ ਵੀ ਲਿਖ ਲੈਂਦੇ ਹਾਂ ਹੁਣ ਮੈਂ ਇਹ ਹੁੰਦਾ ਵੀ ਮਹੀਨੇ 'ਚ ਮੈਂ ਜਦੋਂ ਮੇਰਾ ਦਿਮਾਗ ਘੁੰਮਦਾ ਫਿਰਦਾ ਹੁੰਦਾ ਮੈਨੂੰ ਉਦੋਂ ਹੀ ਗਾਣਾ ਆਉਂਦਾ ਹੁੰਦਾ ਬਸ ਮੈਂ ਉਦੋਂ ਲਿਖ ਦਿੰਦਾ ਲਾਈਨ ਲਿਖ ਕੇ ਰੱਖ ਲੈਣਾ ਜੇ ਦਿਲ ਕੀਤਾ ਪੂਰਾ ਕਰ ਦਿੰਦਾ ਬਹੁਤ ਸਾਰੇ ਲੋਕ ਨੇ ਮੈਂ ਵੇਖਿਆ ਹਾਂਜੀ ਉਹ ਹਿੱਟ ਹੋ ਜਾਂਦੇ ਨੇ ਹਾਂਜੀ ਹਾਂਜੀ ਸੁਪਰ ਹਿੱਟ ਹੋ ਜਾਂਦੇ ਨੇ ਹਾਂਜੀ ਲੱਗਦਾ ਕਿ ਯਾਰ ਅੱਜ ਜੇਕਰ ਇੰਡਸਟਰੀ ਕਿਸੇ ਪਿੱਲਰ ਦੇ ਸਹਾਰੇ ਖੜੀ ਹੈ ਤਾਂ ਇਹ ਦੋ ਚਾਰ ਪਿੱਲਰ ਇਹੀ ਨੇ ਉਹਨਾਂ ਦੇ ਗੀਤ ਡੀ ਜੇ 'ਤੇ ਵੀ ਅਕਸਰ ਵੱਜਦੇ ਸੁਣੀਦੇ ਆ ਪਰ ਜਦੋਂ ਕਿਸੇ ਲਾਈਵ ਸਟੇਜ 'ਤੇ ਜਾ ਕੇ ਵੇਖੀਏ ਜਿਹੜੀ ਸੁਆਖ ਇਹ ਉਹ ਉਡਾਉਂਦੇ ਆ ਹਾਂਜੀ ਹਾਂਜੀ ਇਨਸਾਨ ਦਾ ਦਿਲ ਕਰਦਾ ਕਿ ਭਾਵੇਂ ਕਿਸੇ ਡੀ ਜੇ 'ਤੇ ਵੱਜਦਾ ਹੋਵੇ ਇਹਨਾਂ ਦਾ ਗੀਤ ਚੱਲਦਿਆਂ ਤੋਂ ਉੱਠ ਕੇ ਬਾਹਰ ਚਲੇ ਜਾਈਏ ਹਾਂਜੀ ਤੁਸੀਂ ਮਹਿਸੂਸ ਕੀਤਾ ਕਦੇ ਇੰਝ ਕੋਈ ਮਹਿਸੂਸ ਹੋਣੀ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਜੀ ਹੁਣ ਤੁਸੀਂ ਮੇਰੇ ਨਾਲ ਗੱਲ ਕਰਨਾ ਤੁਹਾਨੂੰ ਪਤਾ ਹੈ ਚੀਜ਼ ਦਾ ਵੀ ਇਹ ਚੀਜ਼ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿਉਂਕਿ ਤੁਸੀਂ ਇੱਕ ਕਲਾਕਾਰ ਮੈਂ ਵੀ ਤੁਹਾਡੇ ਵਰਗੀ ਜੀ ਮੈਂ ਕਲਾਕਾਰ ਨਹੀਂ ਹੈਗਾ ਮੈਂ ਨੋਰਮਲ ਬੰਦਾ ਜੀ ਮੈਂ ਵੀ ਤੁਹਾਡੇ ਵਰਗੇ ਜਿਹੋ ਜਿਹੀ ਤੁਸੀਂ ਥਿੰਕਿੰਗ ਰੱਖਦੇ ਹੋ ਹਾਂ ਮੈਂ ਉਹ ਹੀ ਚੀਜ਼ ਮੈਂ ਸੋਚਦਾ ਹੂੰਗਾ ਜੀ ਵੀ ਹਾਂ ਯਾਰ ਵੀ ਬਾਈ ਹੈ ਨਾ ਉੱਥੇ ਐਂ ਗਾਉਂਦਾ ਜੀ ਇੱਥੇ ਐਂ ਗਾਉਂਦਾ ਹੁੰਦਾ ਜੀ ਫਿਰ ਕੀ ਕਰੀਏ ਫਿਰ ਉਸ ਚੀਜ਼ ਦਾ ਹੁਣ ਇਹ ਕਹਿੰਦੇ ਬਾਈ ਤੂੰ ਗਾਉਣੋ ਹਟ ਜਾ ਅਗਲਾ ਸ਼ੌਂਕ ਹੈ ਨਾ ਤੁਸੀਂ ਗਾਉਂਦੇ ਹੋ ਹਾਂਜੀ ਹਾਂਜੀ ਇਹ ਸਵਾਲ ਅਸਲ 'ਚ ਤੁਹਾਡੇ 'ਤੇ ਹੈ ਹਾਂਜੀ ਹਾਂਜੀ ਤੁਸੀਂ ਤੁਹਾਡੇ ਗੀਤ ਹੁਣ ਹਿੱਟ ਨੇ ਸੁਪਰ ਹਿੱਟ ਨੇ ਤੁਹਾਨੂੰ ਲੋਕ ਚਾਹ ਕੇ ਸ਼ਿੱਦਤ ਨਾਲ ਸੁਣ ਰਹੇ ਨੇ ਹਾਂਜੀ ਹਾਂਜੀ ਤੁਸੀਂ ਲਾਈਵ ਪਰਫਾਰਮ ਵੀ ਕਰਨਾ ਹਾਂਜੀ ਉਹ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋ ਫਿਰ ਮੈਂ ਤਾਂ ਜੀ ਪਹਿਲਾਂ ਲਾਈਵ ਪਰਫਾਰਮ ਹੀ ਕਰਦਾ ਸੀ ਮੈਂ ਤਾਂ ਭੰਗੜੇ ਪਿੱਛੇ ਬੋਲੀਆਂ ਪਾਉਂਦੀਆਂ ਉਹ ਅਤੇ ਬੋਲੀਆਂ ਪਾਉਣਾ ਕੋਈ ਆਮ ਬੰਦੇ ਦੀ ਬਸ ਵਾਲੀ ਗੱਲ ਨਹੀਂ 10-15 ਮਿੰਟ ਲਗਾਤਾਰ ਬਿਨਾਂ ਸਾਹ ਰੁਕੇ ਅਤੇ ਇੱਕੋ ਸਕਿੱਲ 'ਤੇ ਬੋਲੀਆਂ ਪਾਉਣੀਆਂ ਲੈ ਚੇਂਜ ਹੁੰਦੀ ਰਹੀ ਸਾਰਾ ਕੁਛ ਚੇਂਜ ਹੁੰਦਾ ਰਹਿੰਦਾ ਗਾਉਣਾ ਬਹੁਤ ਔਖਾ ਮੈਂ ਤਾਂ ਆਈ ਜੀ ਲਾਈਵ ਦੇ ਸਿਰ 'ਤੇ ਹਾਂ ਬਹੁਤ ਅੱਛੇ ਜੇ ਥੋੜ੍ਹਾ ਬਹੁਤ ਗਾਉਣਾ ਗਾ ਮਾੜਾ ਮੋਟਾ ਗਾਉਣਾ ਜਿੰਨਾ ਵੀ ਗਾਉਣਾ ਮੇਰੇ ਤਾਂ ਬਿਹਤਰ ਤੁਸੀਂ ਇੱਥੇ ਗਵਾ ਲਓ ਗਾਣਾ ਚਲਾ ਲਓ ਊਂ ਗਵਾ ਲਓ ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਮੈਨੂੰ ਕੋਈ ਕਿਸੇ ਮਰਜ਼ੀ ਜਿੰਨਾ ਮੈਂ ਸਟੂਡੀਓ 'ਚ ਗਾਊਂ ਉਨਾ ਹੀ ਇੱਥੇ ਗਾਉਂ ਜੀ ਦੋਸਤੋ ਇਸ ਵਕਤ ਸਿੱਧੂ ਮੂਸੇਵਾਲਾ ਸਾਡੇ ਮਹਿਮਾਨ ਨੇ ਇੱਕ ਗਾਇਕ ਅਤੇ ਗੀਤਕਾਰ ਜੋ ਤੁਹਾਡੇ ਸਭਨਾਂ ਦੇ ਇਸ ਸਮੇਂ ਚਿਹਤੇ ਬਣੇ ਹੋਏ ਨੇ ਸਾਡੇ ਨਾਲ ਸਟੂਡੀਓ ਦੇ ਵਿੱਚ ਲਾਈਵ ਗੱਲਬਾਤ ਕਰ ਰਹੇ ਨੇ ਸਮਾਂ ਬ੍ਰੇਕ ਦਾ ਅਸੀਂ ਵਾਪਸ ਆਵਾਂਗੇ If you like this video, please subscribe to the channel, like and share this video. Prime Asia Television ਵੇਖ ਰਹੇ ਹੋ ਇੱਕ ਵਾਰੀ ਫਿਰ ਤੁਹਾਨੂੰ ਜੀਆਂ ਨੂੰ ਆਖ ਰਿਹਾ ਹਾਂ ਅੱਜ ਸਾਡੇ ਮਹਿਮਾਨ ਹਨ ਗਾਇਕ ਅਤੇ ਗੀਤਕਾਰ ਸਿੱਧੂ ਮੂਸੇਵਾਲਾ ਜਿਨ੍ਹਾਂ ਦੇ ਨਾਲ ਉਹਨਾਂ ਦੀ ਗਾਇਕੀ ਅਤੇ ਉਹਨਾਂ ਦੀ ਗੀਤਕਾਰੀ ਦੇ ਸਫ਼ਰ ਦੇ ਬਾਬਤ ਗੱਲਬਾਤ ਚੱਲ ਰਹੀ ਹੈ ਜੇਕਰ ਟੀਵੀ ਸੈੱਟ ਦੇ ਅੱਗੇ ਆ ਕੇ ਹੁਣੇ ਹੀ ਸਜਿਓ ਅਸੀਂ ਤੁਹਾਨੂੰ ਫਿਰ ਤੋਂ ਜੀਆਂ ਨੂੰ ਆਖ ਰਹੇ ਹਾਂ ਸਿੱਧੂ ਬਈ ਬਹੁਤ ਸਾਰੇ ਇਸ ਤਰ੍ਹਾਂ ਦੇ ਗੀਤ ਹੁੰਦੇ ਨੇ ਜਿਹੜੇ ਇਨਸਾਨ ਲਿਖਦਾ ਗਾਉਂਦਾ ਹਾਂਜੀ ਉਹ ਬਹੁਤ ਸੁਪਰ ਹਿੱਟ ਹੋ ਜਾਂਦੇ ਨੇ ਹਾਂਜੀ ਹਾਂਜੀ ਅਤੇ ਕਈ ਇਸ ਤਰ੍ਹਾਂ ਦੇ ਹੁੰਦੇ ਨੇ ਉਹ ਬਹੁਤ ਤਰੀਕੇ ਨਾਲ ਬੰਦਾ ਲਿਖਦਾ ਉਹਦੇ 'ਤੇ ਵੱਡੀਆਂ ਆਸਾਂ ਹੁੰਦੀਆਂ ਨੇ ਕਿ ਇਹ ਹਿੱਟ ਵੀ ਜ਼ਿਆਦਾ ਹੋਣਗੇ ਹਾਂਜੀ ਅਤੇ ਲਿਖੇ ਵੀ ਵਧੀਆ ਗਏ ਆ ਕੰਪੋਜ਼ ਵੀ ਵਧੀਆ ਹੋਏ ਆ ਪਰ ਉਹ ਪਿੱਛੇ ਰਹਿ ਜਾਂਦੇ ਆ ਕਦੇ ਇੰਜ ਵਾਪਰਿਆ ਨਾ ਜੀ ਨਹੀਂ ਜੋ ਲਿਖਿਆ ਸਾਰੇ ਦੁਨਾਲੀ ਜਿਵੇਂ ਫਾਇਰ ਜਾਂਦਾ ਇੱਦਾਂ ਜਾਂਦਾ ਸਾਰੇ ਜੀ ਮੈਂ ਹੁਣ ਤੱਕ ਤਾਂ 9-10 ਗਏ ਨੇ ਸਾਰੇ ਹੀ ਗਏ ਨੇ ਅਸੀਂ ਗਏ ਨੇ ਕਿਸੇ ਦਾ ਮਿਊਜ਼ਿਕ ਨਹੀਂ ਸੀ ਪ੍ਰੋਪਰ ਕਿਸੇ ਦਾ ਕੁਛ ਨਹੀਂ ਸੀ ਤਾਂ ਵੀ ਇਹਦਾ ਮਤਲਬ ਇਹ ਧਾਰਨਾ ਗਲਤ ਸਿੱਧ ਹੁੰਦੀ ਹੈ ਕਿ ਫਲਾਣੇ ਦਾ ਹੀ ਮਿਊਜ਼ਿਕ ਚਾਹੀਦਾ ਜੀ ਉਹਦੇ 'ਤੇ ਵੀਡੀਓ ਚਾਹੀਦੀ ਹੈ ਜੀ ਉੱਥੇ ਹੀ ਐਡ ਚਾਹੀਦੀ ਹੈ ਜੀ ਤੁਹਾਡੇ ਸਾਹਮਣੇ ਸਭ ਤੋਂ ਵੱਡੀ ਐਗਜ਼ਾਮਪਲ ਮੈਂ ਬੈਠਾ ਜੀ ਜੀ ਮੇਰੇ 11 ਗਾਣੇ ਆਏ ਨੇ ਜੀ ਕਦੇ ਤੁਸੀਂ ਲੋਕ ਕਹਿੰਦੇ 1 ਮਿਲੀਅਨ ਪਲੱਸ ਵਿਊ ਹਾਂ ਹਾਂ ਆਹ ਕੰਪਨੀ ਦਾ ਲੇਬਲ ਆ ਉਹ ਫਲਾਣਾ ਉਹ ਧਮਕਾ ਮੇਰੇ 9 'ਚੋਂ ਸਿਰਫ 2 ਗਾਣੇ ਨੂੰ ਲੇਬਲ ਹੈ ਜੀ ਅੱਛਾ ਜੀ ਇੱਕ ਗਾਣਾ ਸਿਰਫ ਇੱਕ ਗਾਣਾ ਜਿਹੜਾ ਮੇਰਾ ਪਹਿਲਾ ਗਾਣਾ ਸੀ ਉਹ ਵੀ ਨਵੀਂ ਕੰਪਨੀ ਸੀ 35 ਸਬਸਕ੍ਰਾਈਬਰ ਸੀਗੇ ਜਦੋਂ ਗਾਣਾ ਕੀਤਾ ਅੱਜ ਉਹਦੇ 40,000 ਸਬਸਕ੍ਰਾਈਬਰ ਨੇ ਅੱਛਾ ਜੀ ਅਤੇ 7 ਮਿਲੀਅਨ ਵਿਊ ਹੈ ਜੀ ਉਹ 'ਤੇ ਅੱਛਾ ਜੀ ਨਵੀਂ ਕੰਪਨੀ ਕੋਈ ਪ੍ਰਮੋਸ਼ਨ ਨਹੀਂ ਕੋਈ ਕੁਛ ਨਹੀਂ ਹਾਂ ਦੂਜਾ ਗਾਣਾ ਉਹਦੇ 'ਚ ਮਿਊਜ਼ਿਕ ਕਿਹਦਾ ਸੀ ਜੀ ਮਿਊਜ਼ਿਕ ਦੀਪ ਜੰਡੂ ਦਾ ਬਾਈ ਅੱਛਾ ਅੱਛਾ ਜੀ ਅਤੇ ਦੂਜਾ ਗਾਣਾ ਤੁਹਾਡੇ ਸਾਹਮਣੇ ਆ ਹੰਬਲ ਮਿਊਜ਼ਿਕ ਦਾ ਚੱਲਿਆ ਤਾਂ ਲੇਬਲ ਇਹ ਵੀ ਜਮ੍ਹਾਂ ਨਵੀਂ ਕੰਪਨੀ ਅੱਛਾ 15-16 ਸਬਸਕ੍ਰਾਈਬਰ ਸੀ ਜਿੱਦਣ ਗਾਣਾ ਸਟੀਜ਼ਰ ਪਾਇਆ ਅੱਜ 1 ਲੱਖ ਸਬਸਕ੍ਰਾਈਬਰ ਉਹਦੇ ਅੱਛਾ ਜੀ ਉਹ ਚੈਨਲ 'ਤੇ ਮੈਂ ਨਹੀਂ ਕਹਿੰਦਾ ਮੈਂ ਕਰਵਾਏ ਨੇ ਜੀ ਵੀ ਮਤਲਬ ਮੈਂ ਤਾਂ ਜਮ੍ਹਾਂ ਜੀਰੋ ਤੋਂ ਸਟਾਰਟ ਕੀਤਾ ਜੀ ਹਰੇਕ ਅਸਤਾ ਨਵਾਂ ਐਕਸਪੈਰੀਮੈਂਟ ਕੀਤਾ ਆਲਵੇਜ਼ ਦੂਜੀ ਗੱਲ ਚਲੋ ਇਹ ਵੀ ਛੱਡੋ ਇਹਨਾਂ ਦਾ ਤਾਂ ਲੇਬਲ ਸੀ ਮੇਰਾ ਗਾਣਾ ਆਇਆ ਸੀਗਾ ਲਾਈਫ ਸਟਾਈਲ 20 ਦਿਨ ਪਹਿਲਾਂ ਗਾਣਾ ਲੀਕ ਹੋ ਗਿਆ ਅੱਛਾ ਯਾਨੀ ਕਿ ਉਦੋਂ 20 ਦਿਨ ਬਾਅਦ ਜਾ ਕੇ ਮੈਨੂੰ ਕੋਈ ਕੰਪਨੀ ਵਾਲਾ ਕਹਿ ਲਓ ਮੇਰਾ ਯਾਰ ਦੋਸਤ ਸੀਗਾ ਉਹ ਕਹਿੰਦਾ ਮੈਨੂੰ ਵੀ ਬਾਈ ਇਹ ਐਂ ਕਰਕੇ ਵੀ ਤੇਰੇ ਲੋਕ ਫਾਇਦਾ ਲਈ ਜਾਂਦੇ ਨੇ ਅੱਛਾ ਵੀ ਆਪਾਂ ਯਾਰ ਆਪਦੇ ਚੈਨਲ 'ਤੇ ਨਾ ਪਾ ਦਈਏ ਬਾਈ ਤੂੰ ਆਪਦੇ ਚੈਨਲ 'ਤੇ ਪਾ ਦੇ
ਅੱਛਾ ਕੋਈ ਮੇਰਾ ਚੈਨਲ ਨਹੀਂ ਕੋਈ ਕੁਛ ਨਹੀਂ ਚੱਕ ਕੇ ਰਾਈਟਸ ਦਿੱਤੇ ਚੱਕ ਬਈ ਅਤੇ ਉਹਨੇ ਚੈਨਲ 'ਤੇ ਪਾ ਲਿਆ ਅੱਜ ਉਹ ਗਾਣੇ ਨੂੰ 2.5 million ਵਿਊ ਆ ਅੱਛਾ ਸਿਰਫ MP3 ਆਡੀਓ ਲੀਕਡ ਵਰਜ਼ਨ ਅੱਛਾ ਦੱਸੋ ਹੁਣ ਮੈਨੂੰ ਵੀ ਵਿਊਜ਼ ਦੀ ਲੋੜ ਹੈ ਇਹ ਧਾਰਨਾਵਾਂ ਗਲਤ ਨੇ ਬਿਲਕੁਲ ਗਲਤ ਨੇ ਬਿਲਕੁਲ ਗਲਤ ਮੈਂ ਕਿਸੇ ਚੀਜ਼ ਦੀ ਲੋੜ ਨਹੀਂ ਪਈ ਜੀ ਕਿਸੇ ਕੰਪਨੀ ਦੀ ਲੋੜ ਨਹੀਂ ਪਈ ਕਿਸੇ ਵਿਊ ਕਿਸੇ ਕਿਸੇ ਵੀਡੀਓ ਦੀ ਲੋੜ ਪਈ ਕਿਸੇ ਵੀਡੀਓ ਦੀ ਲੋੜ ਨਹੀਂ ਕਿਸੇ ਗਾਣੇ ਦੇ ਮਿਊਜ਼ਿਕ ਦੀ ਵੀ ਨਹੀਂ ਲੋੜ ਪਈ ਈਵਨ ਅੱਛਾ ਵੋਕਲ ਦੀ ਵੀ ਨਹੀਂ ਲੋੜ ਪਈ ਮੇਰੀ ਵੋਕਲ ਦੀ ਲੋੜ ਵੀ ਨਹੀਂ ਪਈ ਮੇਰੇ ਸ਼ਬਦ ਚੱਲੇ ਨੇ ਤੁਸੀਂ ਸ਼ਬਦ ਸ਼ਬਦ ਪ੍ਰਧਾਨ ਨੇ ਹਾਂਜੀ ਹਾਂਜੀ ਦੋ ਗਾਣੇ ਤਾਂ ਮੇਰੇ ਇਹੋ ਜਿਹੇ ਨੇ ਜਿਨ੍ਹਾਂ 'ਚ ਮੇਰੀ ਆਵਾਜ਼ ਵੀ ਨਹੀਂ ਮੇਰੀ ਅੱਛਾ ਸਿਰਫ ਮੈਂ ਉਹਨੂੰ ਗਾ ਭੇਜਿਆ ਸੀਗਾ ਵੀ ਬਾਈ ਮੈਨੂੰ ਗਾ ਕੇ ਭੇਜ ਮੈਂ ਇੱਧਰੋਂ ਵੋਕਲ ਕਰਕੇ ਭੇਜਦਾ ਮੈਨੂੰ ਗਾਉਣ ਦਾ ਮੌਕਾ ਨਹੀਂ ਮਿਲਿਆ ਪਹਿਲੀ ਲੀਕ ਹੋ ਇਹਦਾ ਮਤਲਬ ਕਿਤੇ ਸਿੱਧੂ ਮੂਸੇਵਾਲਾ ਬ੍ਰਾਂਡ ਤਾਂ ਨਹੀਂ ਉੱਤੇ ਲਿਖਿਆ ਹੋਵੇ ਕਿ ਸਿੱਧੂ ਮੂਸੇਵਾਲਾ ਨਹੀਂ ਜੀ ਮੈਂ ਤਾਂ ਮੈਂ ਮੇਰੀ ਇੰਨੀ ਔਕਾਤ ਨਹੀਂ ਹੈਗੀ ਮੈਂ ਕਹਾਂ ਵੀ ਮੈਂ ਬ੍ਰਾਂਡ ਆ ਮੈਂ ਬਹੁਤ ਘੈਂਟ ਆਪਣੇ ਆਪ ਨੂੰ ਹਾਂ ਇੰਨੀ ਗੱਲ ਆ ਵੀ ਪਰਮਾਤਮਾ ਦਾ ਹੱਥ ਸਿਰ ਤੇ ਪੂਰਾ ਹਾਂ ਜਿੱਧਰ ਨੂੰ ਤੁਰੇ ਜਾਂਦੇ ਬਹਿਜਾ ਬਹਿਜਾ ਹੋ ਜਾਂਦੀ ਹੈ ਵੀ ਯਾਨੀ ਕਿ ਮੈਂ ਕਹਿੰਦਾ ਵੀ ਬਹੁਤ ਮੇਰਾ ਬਹੁਤ ਵਧੀਆ ਇਲਾਕਾ ਮੇਰੇ ਮਾਂ ਪਿਓ ਦੇ ਚੰਗੇ ਕਰਮ ਕੀਤੇ ਹੋਏ ਨੇ ਜਿਹੜਾ ਮੈਂ ਇੱਥੋਂ ਤੱਕ ਆਇਆ ਅਤੇ ਵੀ ਮੈਂ ਕਹਿੰਦਾ ਸਾਰਿਆਂ ਨੂੰ ਇਹੋ ਜਿਹਾ ਆਸ਼ੀਰਵਾਦ ਮਿਲੇ ਪਰਮਾਤਮਾ ਸਾਰੇ ਤਰੱਕੀ ਕਰਨ ਹੁਣ ਬਹੁਤ ਸਾਰੇ ਲੋਕ ਨੇ ਜਦੋਂ ਜੇਕਰ ਅੱਜ ਤੋਂ ਆਪਾਂ 15 ਸਾਲ ਪਿੱਛੇ ਜਾਈਏ ਹਾਂਜੀ ਹਾਂਜੀ ਉਹ ਤੋਂ ਵੀ ਪਿੱਛੇ 20 ਸਾਲ ਚੱਲੇ ਉਹ ਤੋਂ ਪਿੱਛੇ 40-50 ਸਾਲ ਵਰੇ ਪਿੱਛੇ ਚਲੇ ਜਾਈਏ ਹਾਂਜੀ ਹਾਂਜੀ ਲੋਕ ਅਖਾੜਿਆਂ 'ਚ ਸੁਣਨ ਜਾਂਦੇ ਹਾਂਜੀ ਜਿਹੜੇ ਗਵੰਤਰੀ ਜਦੋਂ ਆਉਂਦੇ ਗਾਉਣ ਵਾਲੇ ਆਉਂਦੇ ਲੋਕ ਦੂਰੋਂ ਦੂਰੋਂ ਸਾਈਕਲਾਂ 'ਤੇ ਟਰੈਕਟਰਾਂ 'ਤੇ ਟਰਾਲੀਆਂ 'ਤੇ ਜਿਉਂ ਜਿਉਂ ਮਾਹੌਲ ਬਦਲਦਾ ਗਿਆ ਸੁਣਨ ਜਾਂਦੇ ਹਾਂਜੀ ਉਹਨਾਂ ਦੇ ਮਹੀਨੇ ਦੇ ਵਿੱਚ 35-35-40-40 ਪ੍ਰੋਗਰਾਮ ਲੱਗਦੇ ਫਿਰ ਟੇਪਾਂ ਵਿਕਦੀਆਂ ਤਵੇ ਵਿਕਦੇ ਉੱਥੋਂ ਪਤਾ ਲੱਗਦਾ ਸੀ ਇਹ ਕਲਾਕਾਰ ਹਿੱਟ ਹੈ ਹਿੱਟ ਹੋ ਗਿਆ ਹਾਂਜੀ ਹੁਣ ਹਿੱਟ ਦਾ ਪੈਮਾਨਾ ਕੀ ਹੈ ਹਿੱਟ ਦਾ ਪੈਮਾਨਾ ਮੈਂ ਇਹ ਕਹਿੰਦਾ ਜੀ ਮੇਰੇ ਅਕੋਰਡਿੰਗ ਜੋ ਪੈਮਾਨਾ ਵੀ ਗਲੀ 'ਚ ਖੜ ਜਾਓ ਅੱਛਾ ਜੇ ਤੁਹਾਡੇ ਗਾਣੇ ਤੋਂ ਲੈ ਕੇ 5-6 ਗੱਡੀਆਂ ਨਿਕਲ ਗਈਆਂ ਘੰਟੇ 'ਚ ਤੁਸੀਂ ਹਿੱਟੋ ਆ ਜਿਹੜੇ ਯੂਟਿਊਬ ਦੇ ਵਿਊ ਨੇ ਇਹ ਹਿੱਟ ਦਾ ਡੱਕਾ ਨਹੀਂ ਫਾਇਦਾ ਹੁੰਦਾ ਜੀ ਕੋਈ ਵਿਊ 40-40 million ਹੋਈ ਜਾਂਦੇ ਨੇ ਗਾਣਾ ਕਿਸੇ ਨੇ ਸੁਣਿਆ ਵੀ ਨਹੀਂ ਹੁੰਦਾ ਉਹ ਵਿਊ ਫਿਰ ਕਿਵੇਂ ਹੋ ਜਾਂਦੇ ਨੇ ਜੀ ਉਹ ਲੋਕ ਨੇ ਹਿੱਟ ਕਰਦੇ ਉਹਨਾਂ ਨੂੰ ਜੀ ਹੁਣ ਮੈਨੂੰ ਕਿ ਤੁਹਾਨੂੰ ਵੀ ਪਤਾ ਜੀ ਮੇਰੇ ਉਹ ਕਿਉਂ ਕਹੋਗੇ ਤੁਸੀਂ ਉਹ ਫੇਕ ਹੁੰਦੇ ਵਿਊ ਅੱਛਾ ਸਾਰਾ ਕੁਛ ਉਹ ਪਤਾ ਜੀ ਜੋ ਸਾਰਾ ਤੁਹਾਨੂੰ ਤੁਸੀਂ ਵੀ ਸਿਆਣੇ ਚਲੋ ਮੈਂ ਤੁਸੀਂ ਕਹਿੰਦੇ ਮੈਂ ਆਰਟਿਸਟ ਮੈਨੂੰ ਇੰਟਰਵਿਊ ਲਓ ਬੁਲਾਇਆ ਮੈਂ ਕਹਿੰਦਾ ਜੀ ਉਹ ਫੇਕ ਹੁੰਦੇ ਨੇ ਫੇਕ ਹੁੰਦੇ ਉਹ ਐਂ ਇੱਧਰੋਂ ਉੱਧਰੋਂ ਕੀਤੇ ਹੁੰਦੇ ਨੇ ਚਲੋ ਜੋ ਵੀ ਹੁੰਦਾ ਮੈਂ ਕਹਿੰਦਾ ਉਹਦਾ ਸੱਚਾਈ ਹੈ ਜੀ ਸਾਰਿਆਂ ਨੂੰ ਪਤਾ ਸੁਣਨ ਵਾਲੇ ਨੂੰ ਪਤਾ ਗਾਉਣ ਵਾਲੇ ਨੂੰ ਪਤਾ ਸਾਰਾ ਕੁਛ ਇਹੀ ਹੁੰਦਾ ਵੀ ਚਲ ਆਪਾਂ ਕਹਿੰਦੇ ਵੀ ਚਲ ਓਕੇ ਇਹ ਤਸੱਲੀ ਹੈ ਇੱਕ ਤਰ੍ਹਾਂ ਦੀ ਮੇਰੇ ਤਾਂ 7 million ਹੋ ਗਏ 10 ਹੋ ਗਏ ਹਾਂ ਜੀ ਹਾਂ ਮੇਰੇ 43 million ਹੋ ਗਏ ਅੱਜ ਐਂ ਕਹਦੇ ਬਸ ਓਕੇ ਆ ਵੀ ਮੈਂ ਘੈਂਟ ਬਸ ਅਸਲ 'ਚ ਕਿੰਨੇ ਕੁ ਹੁੰਦੇ ਹੋਣਗੇ ਹਾਂ ਜੀ ਪਤਾ ਨਹੀਂ ਮੇਰੇ ਤਾਂ ਮੈਂ ਤਾਂ ਜੀ ਤੁਹਾਡੇ ਸਾਹਮਣੇ ਆ ਜੀ ਮੈਂ ਤਾਂ ਹੁਣ ਕਿੰਨਾ ਕੁ ਪੁਰਾਣਾ ਸਟਾਰ ਆ ਮੈਂ ਤਾਂ ਮਹੀਨੇ 'ਚ ਆਉਣਾ ਆ ਮੈਨੂੰ ਤਾਂ ਇਹ ਤਾਂ ਤੁਸੀਂ ਕਿਸੇ ਐਕਸਪੀਰੀਅੰਸਡ ਕਲਾਕਾਰ ਤੋਂ ਪੁੱਛੋ ਮੈਂ ਤਾਂ ਕਲਾਕਾਰ ਵੀ ਨਹੀਂ ਹੈਗਾ ਮੈਂ ਤਾਂ ਯਾਨੀ ਕਿ ਤੁਸੀਂ ਆਪਣੇ ਆਪ ਨੂੰ ਕੀ ਸਮਝਦੇ ਫਿਰ ਮੈਂ ਤਾਂ ਜੀ ਇਹ ਸਮਝਦਾ ਵੀ ਮੈਂ ਸਵਾਦ ਲੈਂਦਾ ਜ਼ਿੰਦਗੀ ਦਾ ਮੈਂ ਬਸ ਆਪਣੇ ਸ਼ੌਂਕ ਨੂੰ ਮੈਨੇ ਜਿੰਨਾ ਜਿੰਨਾ ਪੜ੍ਹਨਾ ਮੈਂ ਜਿਹੜਾ ਮੇਰਾ ਕੰਮ ਕਰਨਾ ਮੈਂ ਉਹ ਕਰ ਰਿਹਾ ਅਤੇ ਮੈਨੂੰ ਘੈਂਟ ਰਿਸਪੋਂਸ ਮਿਲ ਰਿਹਾ ਜਿੰਨਾ ਚਿਰ ਮਿਲੂਗਾ ਉਨਾ ਚਿਰ ਕਰਾਂਗੇ ਉਦੋਂ ਬਾਅਦ ਸਾਰੇ ਜੋ ਕੰਮ ਕਰਦੇ ਨੇ ਮੇਰੇ ਭਰਾ ਉਹੀ ਕੰਮ ਕਰੂੰਗਾ ਮੈਂ ਵੀ ਨਹੀਂ ਆਮ ਤੌਰ 'ਤੇ ਹੁੰਦਾ ਤੁਹਾਡਾ ਏਮ ਤੁਹਾਡਾ ਟੀਚਾ ਤੁਹਾਡੇ ਮਾਤਾ ਪਿਤਾ ਤੁਹਾਨੂੰ ਪੜ੍ਹਨ ਭੇਜਿਆ ਹਾਂਜੀ ਹਾਂਜੀ ਤੁਸੀਂ ਨਾਲ ਨਾਲ ਪੜ੍ਹ ਵੀ ਰਹੇ ਹੋ ਹਾਂਜੀ ਹੁਣ ਮੈਨੂੰ ਇਹ ਦੱਸੋ ਹੁਣ ਇੱਕ ਪਾਸੇ ਤੁਹਾਡੀ ਪੜ੍ਹਾਈ ਹੈ ਹਾਂਜੀ ਇੱਕ ਪਾਸੇ ਗਾਇਕੀ ਅਤੇ ਗੀਤਕਾਰੀ ਖੜ੍ਹੀ ਹੈ ਹਾਂਜੀ ਹੁਣ ਦੋਵਾਂ ਦੇ ਵਿੱਚ ਤੁਸੀਂ ਨਾਲ ਨਾਲ ਤੁਰਨਾ ਚਾਹੁੰਦੇ ਹੋ ਜਾਂ ਤੁਹਾਨੂੰ ਲੱਗਦਾ ਕਿ ਹੁਣ ਤੁਸੀਂ ਪ੍ਰੋਫੈਸ਼ਨਲੀ ਇਹ ਸਿੰਗਿੰਗ ਲਾਈਨ ਨੂੰ ਅਪਣਾ ਲਿਆ ਨਹੀਂ ਨਹੀਂ ਮੈਨੂੰ ਤਾਂ ਮੈਂ ਤੁਹਾਨੂੰ ਦੱਸੀ ਜਾਂਦਾ ਜੀ ਮੈਂ ਸਵਾਲ ਲੈਂਦਾ ਜੀ ਮੇਰਾ ਤਾਂ ਘੈਂਟ ਮੈਨੂੰ ਐਂ ਜਿੰਨਾ ਨਜ਼ਾਰਾ ਹੁੰਦਾ ਪਿਆ ਪੜ੍ਹ ਵੀ ਰਿਹਾ ਮੈਂ ਕਾਲਜ ਜਾਂਦਾ ਕਾਲਜ 'ਚਾਰ ਦੋਸਤ ਮਿਲਦੇ ਵੀ ਹਾਂ ਬਾਈ ਘੈਂਟ ਆ ਗਾਣਾ ਓਕੇ ਆ ਬਾਈ ਕਲਾਸ 'ਚ ਕਲਾਸ ਵਾਂਗੂ ਹੁੰਦਾ ਮੇਰਾ ਕਾਲਜ ਵੀ ਮੇਰਾ ਤਾਂ ਨਿਬੜ ਗਿਆ ਜੀ ਅਤੇ ਮੈਨੂੰ ਤਾਂ ਵਧੀਆ ਲੱਗਦਾ ਜਿਵੇਂ ਵੀ ਹੈਗਾ ਮੈਨੂੰ ਇਹ ਹੁੰਦਾ ਵੀ ਮੇਰੇ ਮੰਮੀ ਪਾਪਾ ਦਾ ਟੀਚਾ ਵੀ ਇਹ ਪੜ੍ਹੇ ਮੈਂ ਉਹ ਪੜ੍ਹ ਰਿਹਾ ਮੇਰਾ ਟੀਚਾ ਹੀ ਮੈਂ ਆਹ ਗਾਉਣਾ ਮੈਂ ਉਹ ਗਾ ਰਿਹਾ ਮੇਰਾ ਦੋਨੇ ਕਦੇ ਕਦੇ ਸਿਰ ਤੇ ਭੂਤ ਜਿਹਾ ਤਾਂ ਨਹੀਂ ਸਵਾਰ ਰਿਹਾ ਸਟਾਰਡਮ ਵਾਲਾ ਤੁਹਾਡੇ ਸਾਹਮਣੇ ਤੁਹਾਨੂੰ ਲੱਗਦਾ ਮੈਨੂੰ ਨਹੀਂ ਲੱਗਦਾ ਕਿਉਂਕਿ ਮੇਰੇ ਕੋਲ ਤਾਂ ਜਿਹੜਾ ਵੀ ਆਉਂਦਾ ਨਾ ਜੀ ਤੁਹਾਨੂੰ ਸੱਚੀ ਦੱਸਾਂ ਹਾਂਜੀ ਹਾਂਜੀ ਜਿਹਦੇ ਤੇ ਹੁੰਦਾ ਸਾਡੇ ਕੋਲ ਤਾਂ ਉਹਦੇ ਤੇ ਵੀ ਨਹੀਂ ਹੁੰਦਾ ਹਾਂਜੀ ਹਾਂਜੀ ਬਾਹਰ ਜਾ ਕੇ ਲੋਕ ਪੁੱਛਦੇ ਆ ਦੱਸਦੇ ਆ ਪਰ ਮੈਂ ਤੁਹਾਨੂੰ ਪੁੱਛਦਾ ਆਪਣੇ ਆਪ ਨੂੰ ਫੀਲ ਹੁੰਦਾ ਲੋਕਾਂ ਨਾਲ ਤਾਂ ਭਾਵੇਂ ਬੰਦਾ ਨਹੀਂ ਫੀਲ ਕਰਦਾ ਹੋਣ ਦਿੰਦਾ ਲੋਕਾਂ ਨੂੰ ਕਦੇ ਆਪਦੇ ਆਪ ਨੂੰ ਫੀਲ ਹੁੰਦਾ ਉਹ ਕਹਿੰਦੇ ਹੁੰਦੇ ਜੀ ਵੀ ਬਹੁਤ ਬਹੁਤ ਘੈਂਟ ਆ ਬਾਈ ਤੂੰ ਫਲਾਣਾ ਧਮਕਾ ਮੈਂ ਤਾਂ ਲੈ ਕੇ ਨਹੀਂ ਜਾਂਦਾ ਮੈਂ ਸੁਣਦਾ ਹੀ ਨਹੀਂ ਹੁੰਦਾ ਜੀ ਮੈਨੂੰ ਇਹ ਹੁੰਦਾ ਹੁੰਦਾ ਵੀ ਜਾਣ ਕੇ ਕਹਿੰਦੇ ਨੇ ਮੈਂ ਤਾਂ ਹੀ ਲੈ ਕੇ ਚੱਲਿਆ ਕਿਉਂਕਿ ਜਿੱਦਣ ਉਹ ਬੰਦੇ 'ਚੋਂ ਆ ਗਈ ਨਾ ਵੀ ਅਗਲਾ ਉਮੇਜ ਆ ਗਿਆ ਉਹ ਮੈਂ ਖਤਮ ਹੋ ਜਾਂਦਾ ਜੀ ਬੰਦਾ ਮੈਨੂੰ ਤਾਂ ਇਹ ਹੁੰਦਾ ਵੀ ਚੱਲ ਜੇ ਕੋਈ ਕਹਿੰਦਾ ਬਾਈ ਓਕੇ ਮੈਂ ਦਿਲ 'ਤੇ ਨਹੀਂ ਲਾਉਂਦਾ ਉਹ ਗੱਲ ਜਿੱਦਣ ਲੱਗ ਗਈ ਫਿਰ ਉੱਡ ਗਿਆ ਜੀ ਸਮਝੋ ਪਤੰਗ ਵਾਂਗੂ ਕੱਟ ਜਾਂਦੀ ਹੈ ਡੋਰ ਉਹਦੀ ਆਪਾਂ ਤਾਂ ਮੈਨੂੰ ਤਾਂ ਇਹ ਹੁੰਦਾ ਵੀ ਚੱਲ ਠੀਕ ਹੈ ਬਾਈ ਤੈਨੂੰ ਵਧੀਆ ਲੱਗਿਆ ਓਕੇ ਤੂੰ ਕੁਛ ਹੈ ਨਾ ਤੈਨੂੰ ਸਵਾਦ ਹੁੰਦਾ ਓਕੇ ਵਾ ਘੈਂਟ ਆਪਾਂ ਹੁਣ ਆਹ ਜਿਹੜਾ ਗੀਤ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਹਾਂਜੀ ਹਾਂਜੀ ਸੱਚੀ ਵੀ ਸੱਚੀ ਅਸਲੀਅਤ 'ਚ ਵੀ ਉੱਚੀਆਂ ਗੱਲਾਂ ਨੇ ਉੱਚੀਆਂ ਗੱਲਾਂ ਇਹ ਨਹੀਂ ਵੀ ਫੋਕਰਾਂ ਜੀ ਹਾਂ ਉੱਚੀਆਂ ਗੱਲਾਂ ਇਹ ਆ ਵੀ
ਮੁੰਡਾ ਪੂਰੀ ਗੈਂਗਸਟਰ ਫੀਲ ਸੋਹਣੀ ਹੈ, ਜਦੋਂ ਮਹੀਨੇ ਵਿੱਚ ਚਾਰ ਚਾਰ ਗੀਤ ਸਿੱਟਦਾ ਕਰਦੇ ਸਟਾਰ ਬੈਡ ਫੀਲ ਸੋਹਣੀ ਹੈ, ਜੋ ਕਾਪੀ ਕੈਟ ਬਣੇ ਗੀਤਕਾਰ ਵਾਲੇ ਨੇ ਪਾੜ ਪਾੜ ਸੁੱਟਣੇ ਆ ਮੂਸੇ ਵਾਲੇ ਨੇ, ਰੱਖਦੇ ਸੀ ਨੀਤਾਂ ਐਵੇਂ ਖਾਰ ਦੀਆਂ, ਸਵੇਰੇ ਉੱਤੋਂ ਲੰਘਣ ਫਲਾਈ ਕਰਕੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ, ਇਹ ਚੀਜ਼ਾਂ ਹੈਗੀਆਂ ਅਕਸਰ ਹੀ ਅਤੇ ਹੈਗਾ। ਤੁਸੀਂ ਨੈੱਟ ਖੋਲ ਲਓ, ਅੱਛਾ, ਤੁਹਾਨੂੰ ਕਿਸੇ ਨਾ ਕਿਸੇ ਮੇਰੇ ਵੀਰ ਭਰਾ ਦਾ ਪਿਓ ਉਹ ਮੇਰਾ ਗਾਣਾ ਚੱਕ ਕੇ ਲਿਖਤਾ, ਲੀਕ ਕਰਤਾ, ਅੱਜ ਤੱਕ ਮੇਰੇ ਕਿੰਨੇ ਗਾਣੇ ਲੀਕ ਹੋਏ, ਮੈਂ ਕਹਿੰਦਾ ਮੇਰੇ ਜਿੰਨੇ ਗਾਣੇ ਕਿਸੇ ਲੀਕ ਨਹੀਂ ਹੋਏ, 11 ਗਾਣੇ ਲੀਕ ਹੋਏ ਜੀ। ਮੈਂ ਕਿਸੇ ਨੂੰ ਚੱਲ ਠੀਕ ਆ, ਮੈਨੂੰ ਬੁਰਾ ਲੱਗਦਾ ਸੀ, ਮੈਨੂੰ ਇੱਕ ਦਿਨ ਤਾਂ ਇਹੋ ਜਿਹਾ ਸੀ ਮੈਂ ਰੋਇਆ ਵੀ ਜਿੱਦਣ ਮੇਰਾ ਸ਼ੈਲਬੀ ਗਾਣਾ ਲੀਕ ਹੋਇਆ, ਅੱਛਾ ਜੀ, ਲਾਸਟ ਗਾਣਾ ਸੀ ਮੇਰਾ ਜਿਹੜਾ ਲੀਕ ਹੋਇਆ, ਉਸ ਤੋਂ ਬਾਅਦ ਦੋ ਦੋ ਪਹਿਰੇ ਵਾਲੇ ਤਾਂ ਵਾਲੇ ਹੋ ਗਏ, ਤਿੰਨ ਚਾਰ ਗਾਣੇ ਉਹ ਵੀ ਹੋ ਗਏ। ਉਹ ਲੀਕ ਕੌਣ ਕਰ ਦਿੰਦਾ ਤੁਹਾਡੇ ਕੋਲ ਹੁੰਦੇ ਹੋਣੇ ਗੀਤ, ਕਿੱਥੋਂ ਲੀਕ ਹੁੰਦੇ? ਉਹ ਜੀ ਮੇਰੇ ਕੋਲ ਹੀ ਹੋਏ, ਓਬਵੀਅਸ ਮੇਰੇ ਕੋਲ ਹੀ ਹੋਏ ਹੋਣਗੇ। ਹਾਂ, ਜੇ ਮੈਂ ਹੁਣ ਕਿਸੇ ਕੋਲ ਰਿਕਾਰਡ ਕਰਨ, ਮੈਂ ਸਟਾਰਟ ਤਾਂ ਮਈਆਂ ਗਾਏ ਤਾਂ ਮਈਆਂ ਲਿਖੇ, ਮੈਂ ਲੀਕ ਤਾਂ ਮੇਰੀ ਨੇ, ਹੈ ਨਾ ਉਹ ਲੀਕ। ਹਾਂ, ਇਹ ਹੈਗਾ ਵੀ ਕਿਸੇ ਨੇ ਗਾਂ ਦੀ ਗਾਂ ਭੇਜ ਤੇ ਗਾਂ ਦੀ ਗਾਂ, ਯਾਨੀ ਕਿ ਗਏ ਤਾਂ ਮੇਰੇ ਕੋਲ ਹੀ ਸੀਗੇ, ਇਵਨ ਮੈਂ ਕਿਸੇ 'ਤੇ ਵਿਸ਼ਵਾਸ ਕੀਤਾ ਹੋਣਾ, ਉਹਨੂੰ ਭੇਜੇ ਨੇ ਅਤੇ ਸੀਕੁਐਂਸ 'ਚ ਗਾਣੇ ਲੀਕ ਹੋਏ ਨੇ। ਥੋ ਪਤਾ ਹੈ, ਮਾੜਾ ਮੋਟਾ ਆਈਡੀਆ ਲੱਗ ਗਿਆ ਜੀ, ਲੱਗ ਗਿਆ ਗਾਹਾਂ ਤੋਂ ਉਹ ਜਿਹੇ ਬੰਦੇ ਤੋਂ ਗਰੇਜ਼ ਹੈ ਜੀ। ਗਾਣਾ ਨਹੀਂ ਰਿਕਾਰਡ ਕੀਤਾ, ਅੱਛਾ, ਕੋਈ ਨਹੀਂ ਰਿਕਾਰਡ ਕੀਤਾ, ਮੈਂ ਜਿੱਦਣ ਗਾਣਾ ਕਰਨਾ ਹੋਊਗਾ ਤਾਂ ਦੋ ਦਿਨ ਪਹਿਲਾਂ ਰਿਕਾਰਡ ਕਰਾਂਗੇ, ਉਦੋਂ ਬਾਅਦ ਬਣਾਵਾਂਗੇ। ਅੱਛਾ, ਤਾਂ ਹੀ ਤਾਂ ਲੀਕ ਨਹੀਂ ਹੁੰਦੇ, ਜੇ ਹੁਣ ਕੀਤੇ ਹੁੰਦੇ ਹੁਣ ਵੀ ਹੋ ਜਾਣੇ ਸੀ ਦੋ ਤਿੰਨ, ਮੈਂ ਤਾਂ ਹੀ ਨਹੀਂ ਕੀਤੇ ਹੈਗੇ, ਕਿਉਂਕਿ ਜਵਾਬ ਜੂਬ ਦਿੱਤਾ ਨਹੀਂ ਜਾਂਦਾ ਜੀ ਵੀ ਅਗਲਾ ਕਹਿੰਦਾ ਵੀ ਗਾਣਾ ਦੇ ਯਾਰ ਗਾਣਾ ਦੇ, ਫਿਰ ਜੇ ਅਗਲੇ ਨੂੰ ਨਹੀਂ ਦਿੰਦੇ ਫਿਰ ਗੁੱਸਾ ਕਰਦਾ। ਅੱਛਾ, ਹੁਣ ਤੁਸੀਂ ਗਾਇਕੀ ਦੇ ਵਿੱਚ ਸਥਾਪਤੀ ਵੱਲੋਂ ਚੰਗੇ ਸਾਬਤ ਕਦਮੀ ਪੈਰ ਰੱਖਿਆ। ਹਾਂਜੀ, ਹੁਣ ਵੀ ਜੇ ਤੁਹਾਡੇ ਕੋਲ ਕੋਈ ਗੀਤ ਮੰਗਣ ਆਵੇ, ਕਿਉਂਕਿ ਤੁਹਾਡੇ ਨਾਲ ਉਹ ਵਾਕਿਆ ਹੋ ਚੁੱਕਿਆ ਜਦੋਂ ਜ਼ੋਰਦਾਰ ਮੀਂਹ ਪੈ ਰਿਹਾ, ਕੱਪੜੇ ਤੁਹਾਡੇ ਭਿੱਜੇ ਹੋਏ ਨੇ, ਠੁਰ ਠੁਰ ਵੀ ਕਰਦੇ ਹੋਵੋ, ਰੋਏ ਵੀ ਤੁਸੀਂ ਜਦੋਂ ਲਾਲਾ ਲਾਇਆ ਜਵਾਬ ਦਿੱਤਾ। ਹਾਂਜੀ ਹਾਂਜੀ ਹਾਂਜੀ, ਹੁਣ ਤੁਹਾਡੇ ਕੋਲ ਜੇ ਕੋਈ ਗੀਤ ਲਾਉਣ ਦਾ ਦੇ ਦਿੰਦੇ ਹੋ ਜੀ? ਬਈ ਇਹ ਤਾਂ ਮੈਨੂੰ ਜਿਹੜੇ ਬੰਦੇ ਨਾਲ ਕੰਮ ਕਰਨ 'ਚ ਵਧੀਆ ਲੱਗਦਾ ਜੀ ਮੈਂ ਕਰਦਾ, ਮੈਨੂੰ ਨਿੰਜੇ ਨੇ ਵਧੀਆ ਗਾਣਾ ਗਾਇਆ, ਮੈਂ ਨਿੰਜੇ ਨਾਲ ਹੁਣ ਗਾਣਾ ਕਰ ਰਿਹਾ। ਅੱਛਾ, ਮੈਨੂੰ ਜਿਹੜੇ ਆਰਟਿਸਟ ਚੰਗੇ ਨੇ ਮੇਰੇ ਦੋਸਤ ਨੇ, ਉਹਨਾਂ ਨਾਲ ਗਾਣਾ ਕਰਦੇ, ਜਿਹੜੇ ਪ੍ਰੋਫੈਸ਼ਨਲ ਨੇ ਮੈਂ ਨਹੀਂ ਕਰਦਾ। ਅੱਛਾ, ਬਥੇਰਿਆਂ ਨੂੰ ਕਿਹਾ ਵੀ ਬਾਈ ਮੈਂ ਨਹੀਂ ਕਰਨਾ, ਭਰਾ ਮੇਰੇ ਕੋਲ ਹੈ ਹੀ ਨਹੀਂ ਜੀ ਕਿੱਥੋਂ ਗਾਣੇ, ਤੁਸੀਂ ਮੈਨੂੰ ਦੱਸੋ ਵੀ ਇੱਕ ਗੀਤ ਹੁੰਦਾ, ਗੀਤ ਇੱਕ ਹੁੰਦਾ ਸੈਲਫ, ਜੋ ਮੈਂ ਆ ਉਹ ਗੀਤ ਆ, ਠੀਕ ਹੈ, ਤੁਸੀਂ ਕੀ ਕੁਛ ਥੋੜੀ ਥਿੰਕਿੰਗ ਹੈ, ਕਿੰਨਾ ਕੁ ਚਿਰ ਵੇਚੀ ਜਾਓਗੇ ਥਿੰਕਿੰਗ ਨੂੰ? ਅੱਜ 200,000 ਤਾਂ ਥਿੰਕਿੰਗ ਮੁੱਕ ਜੂਗੀ, ਕਿਤੇ ਕਿਸੇ ਲੈਵਲ 'ਤੇ ਜਾ ਕੇ ਮੁੱਕ ਜਾਂਦੀ ਹੈ, ਪਰ ਠੀਕ ਹੈ ਜਿਹੜੇ ਬੰਦੇ ਮੈਨੂੰ ਵਧੀਆ ਲੱਗਦੇ ਮੈਂ ਉਹਨਾਂ ਨਾਲ ਕੰਮ ਵੀ ਕਰੂੰ, ਇਹ ਨਹੀਂ ਮੈਂ ਗੀਤ ਨਹੀਂ ਹੁੰਦਾ ਮੈਂ ਹੁਣ ਆਪ ਗਾਉਣ ਲੱਗ ਗਿਆ ਵੀ ਸਾਰੀ ਆਪ ਗਾਊਂ ਮੈਂ, ਜੇ ਸਾਰੀ ਚੱਲਣਗੇ ਜਿਹੜੇ ਵਧੀਆ ਨੇ, ਜਿਹੜੇ ਵਧੀਆ ਭਰਾ ਨੇ ਜਿਹਨਾਂ ਨੂੰ ਮੇਰਾ ਵਧੀਆ ਲੱਗਦਾ, ਮੈਨੂੰ ਗੁੱਡ ਫੀਲ ਹੁੰਦਾ, ਲੋਕ ਸੁਣ ਕੇ ਕਹਿੰਦੇ ਨੇ ਬਾਈ ਉਹ ਗਾਣੇ ਤੇਰਾ ਬਾਈ ਨੇ ਤੇਰਾ ਗਾਣਾ ਬਹੁਤ ਵਧੀਆ ਨਿਭਾਇਆ, ਮੈਂ ਕਰੂੰਗਾ ਕੰਮ ਜੀ, ਅਤੇ ਮੈਂ ਨਿੰਜੇ ਨਾਲ ਕਰ ਵੀ ਰਿਹਾ, ਨਿੰਜੇ ਨਾਲ ਇੱਕ ਦੋ ਹੋਰ ਆਰਟਿਸਟ ਨੇ, ਹੈ ਨਾ, ਉਹਨਾਂ ਨਾਲ ਮੇਰੇ ਫਾਈਨਲ ਹੋਣੇ ਦੇ ਗਾਣੇ ਉਹਨਾਂ ਨਾਲ ਕਰ ਰਿਹਾ, ਨਿੰਜਾ ਤਾਂ ਮੇਰਾ ਉਹ ਵੀ ਭਰਾਵਾਂ ਵਰਗਾ ਹੀ, ਉਹ ਤਾਂ ਵੱਡਾ, ਮੈਥੋਂ ਮੇਰਾ ਪਹਿਲਾਂ ਮੇਰੀ ਸਟਾਰਟਿੰਗ ਉਹਨੇ ਕੀਤੀ ਸੀ ਗਾਣੇ, ਉਹਦੇ ਨਾਲ ਤਾਂ ਉਹ ਹੀ ਰਿਸਪੈਕਟ ਆ ਉਹਦੇ ਲਈ, ਤਾਂ ਮੈਥੋਂ ਮੰਗੂਗਾ ਮੈਂ ਦਿਓ। ਬਹੁਤ ਸਾਰੇ ਲੋਕ ਕਹਿੰਦੇ ਆ ਕਿ ਗੀਤਕਾਰ ਦਾ ਮੁੱਲ ਨਹੀਂ ਪੈਂਦਾ, ਬਹੁਤ ਸਾਰੇ ਕਹਿੰਦੇ ਜੇ ਰਾਜ ਨਹੀਂ ਪੈਂਦਾ ਜੀ, ਨਹੀਂ ਪੈਂਦਾ, ਨਹੀਂ ਪੈਂਦਾ, ਤੁਸੀਂ ਦੇਖੋ ਮੇਰੇ ਗਾਣੇ ਤਾਂ ਪਹਿਲਾਂ ਵੀ ਆਏ ਸੀ 4-5, ਤੁਸੀਂ ਜਾਣਦੇ ਸੀ ਨਹੀਂ ਜਾਣਦੇ, ਜਦੋਂ ਮੈਂ ਆਪ ਆਇਆ ਵੀਰੇ ਉਹਦੀ ਫੇਸ ਵੈਲਿਊ ਦੀ ਵੀ ਬਹੁਤ, ਹੁਣ ਬਥੇਰੇ ਕਹਿੰਦੇ ਨੇ ਜੀ ਹੁਣ ਮੈਥੋਂ ਜਿਹੜੇ ਸੀਨੀਅਰ ਨੇ ਉਹ ਮੈਨੂੰ ਕਹਿੰਦੇ ਤੂੰ ਗਾਣਾ ਨਹੀਂ ਆਉਂਦਾ, ਗਾਉਣਾ ਨਹੀਂ ਆਉਂਦਾ, ਆਪਾਂ ਤਾਂ ਦਿਲ 'ਤੇ ਨਹੀਂ ਲਾਈਦੇ, ਆਪਾਂ ਕਹਿੰਦੇ ਬਾਈ ਰਿਸਪੈਕਟ, ਜੇ ਤੁਹਾਨੂੰ ਮੇਰੇ 'ਚ ਕੋਈ ਕਮੀ ਦਿਖੀ ਉਹ ਤੁਸੀਂ ਤਾਂ ਹੀ ਕਿਹਾ ਹੋ, ਤਾਂ ਹੀ ਮੈਂ ਆਪਣੇ ਆਪ ਨੂੰ ਲੱਗਦਾ ਕਿ ਗਾਉਣਾ ਆਉਂਦਾ, ਚਲੋ ਲੋਕਾਂ ਦੀ ਗੱਲ ਛੱਡੋ। ਮੈਂ ਤਾਂ ਜੀ ਮੈਂ ਤੁਹਾਨੂੰ ਕਹੀ ਜਾਂਦਾ ਵੀ ਮੈਂ ਤਾਂ ਪ੍ਰੋਫੈਸ਼ਨਲ, ਮੈਂ ਉਹ ਕਹਿੰਦੇ ਨਹੀਂ ਹੈਗਾ ਵੀ ਮੈਨੂੰ ਸੁਰ ਰੱਖੋ, ਹਾਂ ਮੈਨੂੰ ਥੋੜ੍ਹੀ ਬਹੁਤ ਨੌਲੇਜ ਹੈਗੀ ਹੈ, ਮੈਨੂੰ ਮੇਰੇ ਉਸਤਾਦ ਜੀ ਨੇ ਜੋ ਸਿਖਾਇਆ ਮੈਨੂੰ ਉਨਾ ਕੁ ਮੈਨੂੰ ਪਤਾ ਵੀ ਗਾਉਣਾ ਕਿਵੇਂ, ਥੋੜ੍ਹਾ ਬਹੁਤ ਜਿੰਨਾ ਕੁ ਮੈਨੂੰ ਆਉਂਦਾ ਮੈਂ ਗਾਈ ਜਾਂਦਾ, ਅਤੇ ਮੈਂ ਇਹ ਨਹੀਂ ਕਹਿੰਦਾ ਮੈਂ ਪਰਫੈਕਟ ਹਾਂ। ਪਰ ਜਦੋਂ ਹੁਣ ਆਪਾਂ ਇਸ ਕੰਮ ਦੇ ਵਿੱਚ ਪੈ ਗਏ, ਲੋਕਾਂ ਨੇ ਤੁਹਾਨੂੰ ਦਿਲ 'ਚ ਥਾਂ ਵੀ ਦੇ ਦਿੱਤੀ, ਹਾਂਜੀ ਹਾਂਜੀ, ਕਦੇ ਹੁਣ ਮਹਿਸੂਸ ਕਰਦੇ ਹੋ ਕਿ ਚਲ ਹੁਣ ਸਿੱਖ ਲਈਏ ਥੋੜ੍ਹਾ ਬਹੁਤ, ਹੋਰ ਅੱਗੇ ਨੂੰ ਵੱਧ ਲਈਏ? ਮੈਂ ਸਿੱਖੀ ਜਾਂਦਾ ਰਹਿਣਾ, ਸਿੱਖੀ ਜਾਂਦਾ ਰਹਿਣਾ ਮੈਂ ਜਦੋਂ ਮੈਨੂੰ ਕੋਈ ਨਹੀਂ ਬਤਲਾ ਰਹੀ ਮੈਂ ਗੁਰੂ ਜੀ ਨੂੰ ਫੋਨ ਕਰ ਲੈਂਦਾ ਹੁਣ। ਅੱਛਾ, ਉਹ ਕੌਣ ਨੇ ਜੀ ਗੁਰੂ ਜੀ, ਕੌਣ? ਮੇਰੇ ਉਸਤਾਦ ਜੀ ਹਰਵਿੰਦਰ ਬਿੱਟੂ ਜੀ, ਲੁਧਿਆਣੇ ਤੋਂ। ਹਾਂ, ਅਤੇ ਉਹ ਮੇਰੇ ਉਸਤਾਦ ਨੇ, ਮੇਰੇ ਪਿਤਾ ਸਮਾਨ ਨੇ, ਯਾਨੀ ਕਿ ਬਹੁਤ ਕੁਝ ਸਿੱਖਣ ਨੂੰ ਮਿਲਿਆ, ਗਾਉਂਦਾ ਤਾਂ ਮੈਂ ਬਹੁਤ ਟਾਈਮ ਦਾ, ਪਰ ਜਿਹੜੀ ਨੌਲੇਜ ਆ ਥੋੜ੍ਹੀ ਬਹੁਤ ਹੀ, ਜਿੰਨਾ ਜਿਹੜੇ ਹਿਸਾਬ ਨਾਲ ਹੁਣ ਕਹਿ ਦਿੰਦੇ ਆ ਮਜੀਸ਼ੀਅਨ ਨੂੰ ਲਾਈਵ ਗਾਉਣ ਵੇਲੇ ਵੀ ਆਹ ਸੁਰ ਰੱਖ ਲਾ ਰੱਖ ਲਾ, ਤਾਂ ਓਨਾ ਹੀ ਦਿੱਤੀ ਹੋਈ ਹੈ ਵੀ, ਯਾਨੀ ਕਿ ਜਾਂਚ ਉਹਨਾਂ ਨੇ ਸਿਖਾਈ ਵੀ ਗਾਉਣਾ ਕਿਵੇਂ, ਮਾੜਾ ਮੋਟਾ ਜਿੰਨਾ ਵੀ ਹੈਗਾ, ਆਹੀ ਚੱਲੀ ਜਾਂਦਾ ਜੀ, ਜਦੋਂ ਕਦੇ ਨਹੀਂ ਸਮਝ ਆਉਂਦੀ ਹੁੰਦੀ ਵੀ ਕਰ ਲੈਂਦੇ ਉਹਨਾਂ ਫੋਨ ਉਸਤਾਦ ਜੀ, ਇਕੱਲਾ ਉਸਤਾਦ ਇਕੱਲੇ ਸੁਰਾਂ ਨਾਲ ਥੋੜ੍ਹੀ ਹੁੰਦਾ ਜੀ, ਜੀ ਉਸਤਾਦ ਮੱਤ 'ਚ ਵੀ ਹੁੰਦਾ, ਬਿਲਕੁਲ ਬਿਲਕੁਲ ਮੱਤ 'ਚ ਬਹੁਤ, ਕਿਉਂਕਿ ਮੈਂ ਤਾਂ ਹੁਣ ਉਹਨਾਂ ਨੂੰ ਸਾਰੀ ਜ਼ਿੰਦਗੀ ਲੰਘੀ ਆਰਟਿਸਟ ਨਾਲ ਰਹਿੰਦੇ ਨੂੰ, ਉਹਨੂੰ ਕਈ ਨਹੀਂ ਪਤਾ ਵੀ ਉਸਤਾਦ ਜੀ ਮੈਨੂੰ ਸਮਝ ਨਹੀਂ ਆਉਂਦੀ, ਮੈਂ ਘੁੰਮਣ ਘੇਰੀ 'ਚ, ਉਹਨਾਂ ਨੇ ਕਹਿਣਾ ਵੀ ਆਹ ਇੱਦਾਂ ਇੱਦਾਂ ਕਰ ਲਵਾ, ਓਕੇ ਠੀਕ ਹੈ। ਹੁਣ ਸਿੱਧੂ ਮੂਸੇ ਵਾਲਾ ਸਥਾਪਿਤ
ਜਿਹੜਾ ਮੈਂ ਕਹਿਣਾ ਵੀ ਜੇ ਮੇਰੀ ਪਰਸਨੈਲਿਟੀ ਬਣੇ ਤਾਂ ਕਦੇ ਜੇ ਯਾਨੀ ਕਿ ਮੈਂ ਚਾਹਾਂ ਵੀ ਮੈਂ ਇਹੋ ਜਿਹਾ ਬਣੂੰਗਾ ਉਹ ਬੰਦਾ ਉਹਦਾ 'ਚ ਕੀ ਵਧੀਆ ਲੱਗਦਾ ਸੀ ਉਹਦੇ 'ਚ ਇਹ ਸੀਗਾ ਜੀ ਇੱਕ ਤਾਂ ਉਹ ਫ੍ਰੀ ਸਟਾਈਲ ਸੀ ਨਾ ਉਹ ਕਿਸੇ ਦਬਾ ਦੇ ਕਦੇ ਆ ਕੇ ਲਿਖਿਆ ਉਹਨੇ ਉਹਦੀ ਬਲੈਕ ਕਮਿਊਨਿਟੀ ਉਹਨੇ ਇਕੱਠੀ ਕੀਤੀ ਆਪਣੀ ਕੌਮ ਇਕੱਠੀ ਕੀਤੀ ਆਪਦੀ ਕਲਮ ਦੇ ਜ਼ਰੀਏ ਠੀਕ ਹੈ ਉਹਨੂੰ ਪ੍ਰਾਊਡ ਜਿੱਦਣ ਉਹ ਬੰਦਾ ਮਰਿਆ ਅਤੇ ਵੀ ਯਾਨੀ ਕਿ ਲੋਕ 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 ਰੋਏ ਉੱਦਣ ਮੈਂ ਇਹੀ ਚਾਹੁੰਦਾ ਮੈਂ ਇੱਕ ਕੁਛ ਕੁ ਲੈਣਾ ਵੀ ਲਿਖਿਆ ਸੀਗੀ ਯਾਦ ਨੇ ਤਾਂ ਸੁਣਾਓ ਜੀ ਉਹ ਮੈਂ ਹਜੇ ਅਨਰਲੀਜ਼ਡ ਹੈਗਾ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੋ ਕੁ ਲੈਣੀ ਸੁਣਾਊਂਗਾ ਦੋ ਸੁਣਾ ਦਿਓ ਹੁਣ ਤਾਂ ਲੀਕ ਨਹੀਂ ਹੋਊਗਾ ਕਿਉਂਕਿ ਤੁਹਾਡੇ ਹੀ ਰਹਿ ਜਾਣਾ ਉਹ ਕਹਿੰਦਾ ਕਹਿੰਦਾ ਹੋ ਬੋਲ ਨੇ ਬਰੂਦ ਡੈਵਲ ਵੋਇਸ ਨਹੀਂ ਲਿਵ ਫਾਸਟ ਡਾਏ ਯੰਗ ਇਹੋ ਹੈ ਚੋਇਸ ਨਹੀਂ ਬਹੁਤਾ ਕੁਝ ਰੱਬ ਕੋਲੋਂ ਨਹੀਂ ਉਹ ਮੰਗਿਆ ਹੋ ਨਾਮ ਮੌਤ ਪਿੱਛੋਂ ਗੂੰਜੇ ਇਹੋ ਹੈ ਖੋਇਸ਼ ਨਹੀਂ ਇੰਨੀਆਂ ਕੁ ਲੈਣਾ ਲਿਖੀਆਂ ਸੀਗੀਆਂ ਭਾਵੇਂ ਗੀਤਕਾਰ ਜਾਂ ਕੋਈ ਅਵਾਰਡ ਲੈਣਾ ਟੀਚਾ ਨਹੀਂ ਹੈਗਾ ਜੀ ਬਸ ਜਿੰਨੀ ਕੁ ਥੋੜ੍ਹੇ ਥੋੜ੍ਹਾ ਟਾਈਮ ਗਾ ਲਈਏ ਪਤਾ ਨਹੀਂ ਪਰ ਜਦੋਂ ਵੀ ਜਿਵੇਂ ਹੁਣ ਲੋਕ ਮੁੱਕ ਵੀ ਜਾਵਾਂ ਮਰ ਵੀ ਜਾਵਾਂ ਉਦੋਂ ਬਾਅਦ ਵੀ ਲੋਕ ਯਾਦ ਕਰਨ ਵੀ ਸੀ ਆਇਆ ਸੀ ਕੋਈ ਨਹੀਂ ਲੋਕ ਤਾਂ ਤੁਸੀਂ ਜੇ ਚੰਗਾ ਕਰਦੇ ਹੋ ਤਾਂ ਵੀ ਯਾਦ ਕਰਦੇ ਆ ਮਾੜਾ ਕਰ ਲੋਕ ਤੇ ਮਾੜਾ ਕਰਦੇ ਹੋ ਤਾਂ ਵੀ ਯਾਦ ਮਾੜਾ ਕਰਕੇ ਨਹੀਂ ਨਾ ਹੋਣਾ ਜੀ ਹਾਂ ਚੰਗੇ ਕਰਕੇ ਹੀ ਹੋਣਾ ਚੰਗੇ ਕਰਕੇ ਚੰਗੇ ਕਰਕੇ ਚੰਗਾ ਕੋਸ਼ਿਸ਼ ਤਾਂ ਇਹੀ ਹੈ ਕੋਸ਼ਿਸ਼ ਤਾਂ ਇਹੀ ਹੈ ਜੀ ਹੁਣ ਤੁਸੀਂ ਸਰੀ ਦੇ ਵਿੱਚ ਆਏ ਹੋ ਤੁਹਾਡਾ ਸ਼ੋਅ ਹੈ ਹਾਂਜੀ ਹਾਂਜੀ ਬੀ ਫੋਰ ਯੂ ਅਤੇ ਨਿਊ ਸਟਾਈਲ ਕੁਲੈਕਸ਼ਨ ਵਾਲੇ ਕਰਵਾ ਰਹੇ ਹਾਂਜੀ ਹਾਂਜੀ ਸਰੀ ਦੇ ਵਿੱਚ ਤੁਹਾਡੀ ਇਹ ਪਹਿਲੀ ਐਂਟਰੀ ਹੈ ਹਾਂਜੀ ਹਾਂਜੀ ਕਿਉਂਕਿ ਸਰੀ ਦੇ ਵਿੱਚ ਜੇ ਤੁਸੀਂ ਕਮਾਲਾਂ ਕਰ ਗਏ ਤਾਂ ਮੈਨੂੰ ਪਤਾ ਕਿ ਸਰੀ ਇਸ ਤਰ੍ਹਾਂ ਦਾ ਥਾਂ ਹੈ ਵੈਨਕੂਵਰ ਇਸ ਤਰ੍ਹਾਂ ਦਾ ਥਾਂ ਹੈ ਲੋਕ ਵਾਰ ਵਾਰ ਸੱਦਦੇ ਆ ਦੁਨੀਆਂ ਭਰ ਦੇ ਵਿੱਚ ਫਿਰ ਖਬਰਾਂ ਹੀ ਜਾਂਦੀਆਂ ਨੇ ਜਿਵੇਂ ਸ਼ਹੀਦ ਊਧਮ ਸਿੰਘ ਦੇ ਕੰਮ ਦੀਆਂ ਖਬਰਾਂ ਗਈਆਂ ਸੀ ਨਾ ਜੀ ਦੁਨੀਆਂ ਭਰ 'ਚ ਫੈਲ ਗਈਆਂ ਇੱਥੋਂ ਖਬਰਾਂ ਜਾਣੀਆਂ ਨੇ ਖਬਰ ਬਣਨੀ ਹੈ ਤੁਹਾਡੀ ਹਾਂਜੀ ਹਾਂਜੀ ਅਤੇ ਕਿੰਨੀ ਕੁ ਤਿਆਰੀ ਕੀਤੀ ਹੋਈ ਹੈ ਤਿਆਰੀ ਤਾਂ ਜੀ ਫੁੱਲ ਹੈ ਸਾਰਿਆਂ ਤੋਂ ਪਹਿਲਾਂ ਧੰਨਵਾਦ ਹੈ ਬੀ ਫੋਰ ਯੂ ਵਾਲਿਆਂ ਦਾ ਇਹਨਾਂ ਨੇ ਇੱਥੇ ਬੁਲਾਇਆ ਅਤੇ ਉਦੋਂ ਦੁੱਗਣਾ ਤਿੱਗਣਾ ਧੰਨਵਾਦ ਲੋਕਾਂ ਦਾ ਜਿਹੜੇ ਪਿਆਰ ਕਰਦੇ ਨੇ ਗਾਣੇ 'ਚ ਉਹਨਾਂ ਨੇ ਪਿਆਰ ਕਰਦੇ ਡਿਮਾਂਡ ਕੀਤੀ ਤਾਂ ਇਹਨਾਂ ਨੇ ਬੁਲਾਇਆ ਬਿਲਕੁਲ ਨਹੀਂ ਤਾਂ ਪਹਿਲਾਂ ਵੀ ਸਿੱਧੂ ਮੂਸੇ ਵਾਲਾ ਹੀ ਬਥੇਰੇ ਸੀ ਜੀ ਬਥੇਰੇ ਸਿੱਧੂ ਆਏ ਬਥੇਰੇ ਮੂਸੇ ਵਾਲੇ ਆਏ ਬਥੇਰੇ ਤੁਰੇ ਗਏ ਯਾਨੀ ਕਿ ਤਾਂ ਚੱਲਦਾ ਰਹਿੰਦਾ ਜ਼ਿੰਦਗੀ ਹੈ ਜੀ ਇਹ ਅੱਜ ਹੈਗਾ ਕੱਲ੍ਹ ਨੂੰ ਨਹੀਂ ਹੈਗਾ ਪਰ ਇਹ ਹੈ ਵੀ ਹਾਂ ਪਿਆਰ ਕਰਦੇ ਹੋ ਜੀ ਦਿਲੋਂ ਇੱਜ਼ਤ ਆ ਸਾਰਿਆਂ ਦੀ ਅਤੇ ਸੱਦੇ ਆ ਕੋਸ਼ਿਸ਼ ਇਹੀ ਹੈ ਵੀ ਬਾਈ ਸਾਰਿਆਂ ਨੂੰ ਸਾਰੇ ਇਹ ਕਹਿਣ ਵੀ ਬਾਈ ਬਹੁਤ ਵਧੀਆ ਕਰਕੇ ਗਏ ਖੁਸ਼ੀ ਮਿਲੀ 10 ਮਿੰਟ ਟੈਨਸ਼ਨਾਂ 'ਚੋਂ ਬਾਹਰ ਨਿਕਲ ਕੇ ਆਉਣਗੇ ਤਾਂ ਇਹ ਵੀ ਇੰਟਰਟੇਨਮੈਂਟ ਤੁਸੀਂ ਇੱਕ ਸਟੂਡੈਂਟ ਹੋ ਹਾਂਜੀ ਖਾਸ ਕਰਕੇ ਟੋਰਾਂਟੋ ਇਲਾਕੇ ਦੇ ਵਿੱਚ ਹੀ ਗੱਲ ਚੱਲੀ ਸਟੂਡੈਂਟਾਂ ਨੂੰ ਬੜੀ ਮਾੜੀਆਂ ਨਜ਼ਰਾਂ ਨਾਲ ਵੇਖਿਆ ਗਿਆ ਤੰਜ ਕਸੇ ਗਏ ਤੁਸੀਂ ਉਹਨਾਂ ਦੀ ਲਾਈਫ ਦੇ ਉੱਤੇ ਨੇੜਿਓਂ ਸਾਰਾ ਕੁਝ ਵੇਖਦੇ ਮੈਂ ਇੱਕ ਗੱਲ ਕਹਿਣਾ ਜੀ ਤੁਸੀਂ ਤੁਹਾਨੂੰ ਲੱਗਦਾ ਕਿ ਸਾਰਾ ਕੁਝ ਉਹਦੇ 'ਤੇ ਕੋਈ ਲਿਖਿਆ ਕੁਛ ਮੈਂ ਇੱਕ ਗੱਲ ਕਹਿਣਾ ਜੀ ਮੈਂ ਕੋਈ ਬੜਾ ਸਿਆਣਾ ਨਹੀਂ ਹੈਗਾ ਜੀ ਮੈਂ ਮਤ ਦੇਈ ਜਾਵਾਂ ਜੀ ਸਟੂਡੈਂਟ ਇੱਕ ਪੇਸ਼ਾ ਜੀ ਸਟੂਡੈਂਟ ਇੱਕ ਜਾਤ ਨਹੀਂ ਹੈਗੀ ਕੋਈ ਜੋ ਆਪਾਂ ਬਣਾ ਰਹੇ ਹਾਂ ਸਾਰੇ ਵੀ ਸਟੂਡੈਂਟ ਆਏ ਮੈਂ ਬਿਲਕੁਲ ਸਟੂਡੈਂਟ ਮੈਂ ਵੀ ਹਾਂ ਮੈਂ ਪੜ੍ਹਦਾ ਸਟੂਡੈਂਟ ਹੋਣਾ ਕੋਈ ਮਾੜੀ ਗੱਲ ਨਹੀਂ ਸਟੂਡੈਂਟ ਮਤਲਬ ਸਿਖਿਆਰਥੀ ਆ ਬੰਦਾ ਸਿੱਖ ਰਿਹਾ ਬਿਲਕੁਲ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣ ਵਾਸਤੇ ਸਿੱਖ ਰਿਹਾ ਅਤੇ ਕੋਈ ਗੱਲ ਹੀ ਚੰਗੇ ਮਾੜੇ ਲੋਕ ਕਮਿਊਨਿਟੀ 'ਚ ਹੁੰਦੇ ਨੇ ਸਾਰੇ ਨਹੀਂ ਹੁੰਦੇ ਜਾ ਕੇ ਸਾਰੇ ਸਟੂਡੈਂਟ ਮਾੜੇ ਆਪਣੀ ਮਿਹਨਤ ਕਰਕੇ ਆਏ ਸਾਰੇ ਅਤੇ ਰਿਸਪੈਕਟ ਹੈ ਮੈਂ ਵੀ ਸਟੂਡੈਂਟ ਹਾਂ ਮੈਂ ਵੀ ਉਸੇ ਕਮਿਊਨਿਟੀ ਉਸੇ ਕਰਕੇ ਕਹਿੰਦਾ ਤੁਸੀਂ ਉਸ ਦੇ ਵਿੱਚ ਵਿਚਰ ਰਹੇ ਹੋ ਹਾਂਜੀ ਤੁਹਾਨੂੰ ਪਤਾ ਹੈ ਤੁਸੀਂ ਸਗੋਂ ਪੜ੍ਹਦੇ ਵੀ ਹੋ ਨਾਲ ਮਿਹਨਤ ਵੀ ਕਰਦੇ ਹੋ ਮਾਪਿਆਂ ਤੋਂ ਵੀ ਦੂਰ ਹੋ ਹਾਂਜੀ ਕਈ ਵਾਰੀ ਲੋਨਲੀ ਫੀਲ ਵੀ ਕਰਦੇ ਹੋ ਤੁਸੀਂ ਤਾਂ ਔਖੀਆਂ ਕਠਿਨਾਈਆਂ ਦੇ ਵਿੱਚ ਦੀ ਵਿਚਰ ਰਹੇ ਹੋ ਤੁਸੀਂ ਕਦੇ ਸੋਚਿਆ ਕਿ ਜਾ ਰਹੇ ਤੇ 4 ਸ਼ਬਦ ਲਿਖੇ ਜਾਣ ਗਾਏ ਜਾਣ ਜਾਂ ਨਹੀਂ ਹਲੇ ਸੋਚਿਆ ਜੀ ਪਰ ਮੈਂ ਇਹੋ ਜਿਹਾ ਨਹੀਂ ਲਿਖੂੰਗਾ ਜਿਹੜਾ ਡਿਪਰੈਸ ਕਰੂਗਾ ਉਹਨਾਂ ਨੂੰ ਮੈਂ ਇਹੋ ਜਿਹਾ ਲਿਖੂੰਗਾ ਜਿਹੜੇ ਉਹਨਾਂ ਨੂੰ ਪੋਜ਼ਿਟਿਵ ਵੇਵਸ ਆਉਣਗੀਆਂ ਉਹਨਾਂ 'ਚ ਇਹ ਨਹੀਂ ਵੀ ਮੈਂ ਕੰਮ 'ਤੇ ਜਾਂ ਮੈਂ ਕੁਛ ਇਹ ਕਰਦਾ ਵੀ ਕਿਉਂਕਿ ਉਹ ਤਾਂ ਕਰ ਹੀ ਰਹੇ ਉਹ ਆਪਦੇ ਸਕੈਜੂਲ 'ਚ ਪੜ੍ਹ ਰਹੇ ਨੇ ਮਿਹਨਤ ਕਰ ਰਹੇ ਦਿਨ ਰਾਤੀਂ ਜਾ ਕੇ ਪਰ ਕੁਛ ਇਹੋ ਜਿਹਾ ਲਿਖੂੰਗਾ ਵੀ ਜੋ ਉਹਨਾਂ ਨੂੰ ਚੰਗੇ ਪਾਸੇ ਪ੍ਰੇਰੇ ਮੇਰੀ ਇਹੀ ਕੋਸ਼ਿਸ਼ ਹੈ ਮੈਂ ਜੇ ਮੈਂ ਆਹੀ ਕੁਛ ਜਾਂ ਮੈਂ ਇਹ ਨਹੀਂ ਲਿਖਣਾ ਚਾਹੁੰਦਾ ਵੀ ਮੈਂ ਜੋਬ 'ਤੇ ਗਿਆ ਜੀ ਮੈਂ ਸਕੂਲੋਂ ਆਇਆ ਮੈਂ ਕੁਛ ਇਹ ਸੋਚਣਾ ਵੀ ਕੁਛ ਵਧੀਆ ਲਿਖਣ ਦੀ ਕੋਸ਼ਿਸ਼ ਕਰੂੰਗਾ ਵੀ ਆ ਵੀ ਤੁਹਾਡੇ ਪਿੱਛੇ ਬੈਠੇ ਨੇ ਹਨਾ ਤੁਹਾਡੇ ਅੱਗੇ ਬੈਠੇ ਆ ਤੁਸੀਂ ਅੱਗੇ ਕੀ ਕਰਨਾ ਤੁਸੀਂ ਇੱਥੇ ਕੀ ਕਰਨਾ ਕੁਛ ਇਹੋ ਜਿਹੀ ਚੀਜ਼ ਲਿਖਣ ਦੀ ਕੋਸ਼ਿਸ਼ ਕਰੂੰਗਾ ਅਤੇ ਹਜੇ ਮੈਂ ਲਿਖ ਨਹੀਂ ਰਿਹਾ ਕੁਛ ਵੀ ਸਿਰਫ ਮੈਂ ਵਾਚ ਕਰ ਰਿਹਾ ਅੱਛਾ ਤੁਸੀਂ ਬਹੁਤ ਗੀਤ ਲਿਖ ਲਿਆ ਤੁਸੀਂ ਦੱਸਿਆ ਕਿ ਪਤਾ ਨਹੀਂ ਪਰ 11 ਕੁ ਗੀਤ ਤੁਸੀਂ ਦੱਸ ਦਿਓ ਕਿ ਰਿਕਾਰਡ ਵੀ ਹੋ ਗਏ ਹਾਂਜੀ ਸਭ ਤੋਂ ਵੱਧ ਕਿਹੜਾ ਗੁਣਗੁਣਾਉਂਦੇ ਹੋ ਜਾਂ ਸਭ ਤੋਂ ਵੱਧ ਕਿਹੜਾ ਉਹ ਗੀਤ ਹੈ ਜਿਹਨੂੰ ਲੋਕ ਜ਼ਿਆਦਾ ਡਿਮਾਂਡ ਕਰਦੇ ਹੋਣ ਤੁਹਾਡੇ ਲੋਕ ਤਾਂ ਜੀ ਕਰਦੇ ਸੋਹਾਈ ਨੂੰ ਲਾਈਫ ਸਟਾਈਲ ਨੂੰ ਜਿੱਥੇ ਬੰਦਾ ਮਾਰ ਕੇ ਸੁਰ ਪੁੱਛਦੇ ਸਾਰਿਆਂ ਨੂੰ ਡਿਮਾਂਡ ਕਰਦੇ ਨੇ ਪਰ ਮੇਰਾ ਫੇਵਰੇਟ ਜਿਹੜਾ ਹੈਗਾ ਉਹ ਮੇਰੇ ਪਾਪਾ ਵਾਲਾ ਉਹ ਸੁਣਾਓ ਜੀ ਕਿਹੜਾ ਉਹ ਸੀਗਾ 911 ਉਹ 'ਚ ਇੱਕ ਪੈਰ ਹੈਗਾ ਉਹ ਸੁਣਾਉਣਾ ਕਹਿੰਦਾ ਸੁਣਾਓ ਜੀ ਉਹ ਆਹੀ ਦੁਨੀਆਂ ਦਾ ਜਿਹੜੇ ਰਿਲੇਟਡ ਹੈ ਹਰੇਕ ਮੈਂ ਕਹਿੰਦਾ ਮੇਰੀ ਜ਼ਿੰਦਗੀ 'ਚ ਮੇਰਾ ਰੋਲ ਮਾਡਲ ਨੇ ਜਿਹੜੇ ਮੇਰੇ ਫਾਦਰ ਸਾਹਿਬ ਹੀ ਨੇ ਹਨਾ ਜਿਨ੍ਹਾਂ ਨੇ ਮੈਨੂੰ ਅਕਲ ਦਿੱਤੀ ਇੰਨੀ ਕੁ ਅਤੇ ਉਹਨਾਂ 'ਤੇ ਲਿਖਿਆ ਸੀਗਾ ਮੈਂ 2 ਕੁ ਲਾਈਨ ਹੀ ਲਿਖਿਆ ਸੀ ਗਾਣੇ 'ਚ ਕਹਿੰਦਾ ਹੋ ਬਾਪੂ ਮੇਰਾ ਕਹਿੰਦਾ ਹੁੰਦਾ ਗੱਲ ਇੱਕ ਨੀ ਉਂਝ ਇਹ ਦੁਨੀਆ ਕਿਸੇ ਦੀ ਮਿਤਨੀ ਆ ਬਾਪੂ ਮੇਰਾ ਕਹਿੰਦਾ ਹੁੰਦਾ ਗੱਲ ਇੱਕ ਨੀ ਆ ਉਂਝ ਇਹ ਦੁਨੀਆ ਕਿਸੇ ਦੀ ਮਿਤਨੀ ਆ ਹੋਣਾ ਚਾਹੀਦਾ ਇਹ ਖੂਨ
ਇੱਦਾਂ ਨਹੀਂ ਕੁਛ ਪਲੈਨਾਂ ਲਿਖੀਆਂ ਸੀ। ਵਧੀਆ। ਹਾਂਜੀ ਹਾਂਜੀ। ਸੋ ਮਾਂ ਬਾਪ ਕਿੰਨਾ ਕੁ ਮਾਣ, ਕਿੰਨਾ ਕੁ ਫਖਰ ਮਹਿਸੂਸ ਕਰਦੇ ਨੇ ਮੂਸੇ ਵਾਲਿਆਂ ਦਾ, ਦੱਸੋ ਨਾਲੇ ਉਹ ਕੀ ਕਹਿੰਦੇ? ਮਾਂ ਬਾਪ ਤਾਂ ਜੀ ਮੇਰੇ ਇਹੋ ਜਿਹੇ ਨੇ, ਇੰਨੇ ਕੁ ਭੋਲੇ ਨੇ ਉਹ ਵੀ ਉਹਨਾਂ ਨੂੰ ਨਾ ਤਾਂ, ਉਹ ਮੈਨੂੰ ਹਮੇਸ਼ਾ ਇਹੀ ਗੱਲ ਸਿਖਾਈ ਹੈ, ਉਹ ਜ਼ਿਆਦਾ ਖੁਸ਼ੀ 'ਚ ਜ਼ਿਆਦਾ ਖੁਸ਼ ਨਹੀਂ ਹੁੰਦੇ, ਜ਼ਿਆਦਾ ਗਮੀ 'ਚ ਜ਼ਿਆਦਾ ਗਮਗੀਨ ਹੁੰਦੇ ਵੀ ਮਾਰੀ ਗਏ ਜਮਾਂ, ਉਹ ਸਿਰਫ ਉੱਥੇ ਰਹਿੰਦੇ, ਨਿਊਟਰਲ ਰਹਿੰਦੇ ਨੇ, ਅਤੇ ਇਹੀ ਖੁਸ਼ਹਾਲ ਜ਼ਿੰਦਗੀ ਜਿਉਣ ਦਾ ਰਾਜ ਹੈ ਮੈਨੂੰ ਲੱਗਦਾ। ਪਿੰਡ ਵਾਲੇ ਮਾਣ ਸਤਿਕਾਰ ਕਰਦੇ, ਕਹਿੰਦੇ ਯਾਰ ਇਹਨੂੰ ਕੀ ਪਤਾ ਹੁੰਦਾ ਸੀ ਜਾ ਕੇ ਗਾਉਣ ਲੱਗ ਗਿਆ, ਕਿਹੋ ਜਿਹੀਆਂ ਗੱਲਾਂ ਕਰਦੇ? ਸਾਰੇ ਹੀ ਹੁੰਦੇ ਆ, ਤੁਹਾਨੂੰ ਪਤਾ ਹੀ, ਕਈ ਤਾਂ ਇਹ ਵੀ ਕਹਿੰਦੇ ਹੋਣਗੇ ਵੀ ਯਾਰ ਮੁੰਡਾ ਵੀ ਪਤਾ ਨਹੀਂ ਕੀ ਕੁਛ ਕਰੀ ਜਾਂਦਾ ਰਹੇ, ਹੈ ਨਾ, ਅਤੇ ਕਈ ਇਹ ਵੀ ਕਹਿੰਦੇ ਨੇ ਵੀ ਹਾਂ ਬਈ ਸਾਡੇ ਪਿੰਡ ਦਾ, ਜਿਹੜੇ ਬਾਹਰ ਬੈਠੇ ਨੇ ਫੋਨ ਆਉਂਦੇ ਨੇ ਵੀ ਬਾਈ ਸਰਾ ਕਰਾਤਾ, ਨਾ ਮਾਨਸ ਵਾਲਿਆਂ ਦੇ ਫੋਨ ਆਉਂਦੇ ਨੇ ਕਈ, ਹੁਣ ਵਿਚਾਰੇ ਇਹ ਵੀ ਕਰੀ ਜਾਂਦੇ ਨੇ, ਜਿੰਨਾ ਕੁ ਜਿੰਨਾ ਬਾਬੇ ਨੇ ਜਿੰਨਾ ਕੁ ਜਿਹਨੂੰ ਬੁੱਧੀ ਦਿੱਤੀ ਉਹਨੇ ਉਸ ਅਕੋਰਡਿੰਗ ਸੋਚਣਾ ਜੀ। ਉਹ ਕੀ ਕਹਿੰਦੇ ਜੇ ਉਹ ਕਹਿੰਦਾ ਵੀ ਉਹਨੂੰ ਹੁਣ ਬੁੱਧੀ ਐਂ ਦਿੱਤੀ ਬਾਈ ਇਹਨੂੰ ਗਾਲਾਂ ਕੱਢੀ, ਉਹਨੇ ਗਾਲਾਂ ਕੱਢਣੀਆਂ ਵੀ ਉਹ ਕਹੂਗਾ ਵੀ ਯਾਰ ਇਹੋ ਜਿਹਾ ਇਹੋ ਜਿਹਾ, ਨਾ ਆਪਾਂ ਸਾਰਿਆਂ ਨਾਲ ਖੁਸ਼ ਹਾਂ, ਆਪਾਂ ਨੂੰ ਸਾਰਿਆਂ ਦੀ ਇੱਕੋ ਹੀ ਫੀਲਿੰਗ ਆ ਜੀ, ਬਹੁਤ ਬਹੁਤ ਧੰਨਵਾਦ ਸਾਰਿਆਂ ਦਾ, ਜਿੰਨਾ ਦਿੱਤਾ ਮੋਰ ਦੈਨ ਐਕਸਪੈਕਟੇਸ਼ਨਸ ਆ, ਅਤੇ ਤੁਸੀਂ ਸਾਰੇ ਇੰਨਾ ਪਿਆਰ ਕਰਦੇ ਹੋ, ਚੱਲ ਜੇ ਕੋਈ ਨਗੋਚ ਵੀ ਕਰਦਾ ਤਾਂ ਉੱਥੋਂ ਸਿੱਖਣ ਨੂੰ ਵੀ ਮਿਲਦਾ ਮੈਨੂੰ ਕੁਛ। ਹਾਂਜੀ ਆ ਇੰਨੀ ਕੁ ਹੋਈ ਸੀ, ਦਿਲ 'ਤੇ ਨਹੀਂ ਲਾਉਂਦੇ, ਕਾਹਦੀ ਗੱਲ ਕੀ ਲਾਉਣਾ ਜੀ ਦਿਲ 'ਤੇ, ਪਤਾ ਨਹੀਂ ਹੈਗੇ ਪਤਾ ਨਹੀਂ ਹੈਗੇ, ਕੱਲ੍ਹ ਨੂੰ ਤੁਸੀਂ ਕਿਉਂ ਦਿਲ 'ਤੇ ਲਏ ਐਵੇਂ ਬੋਝ ਚੱਕੀ ਫਿਰੋ ਜ਼ਿੰਮੇਵਾਰੀਆਂ ਦਾ ਵੀ ਉਹ ਮੈਨੂੰ ਐਂ ਕਹਿੰਦੇ, ਉਹ ਮੈਨੂੰ, ਮੇਰੇ ਤਾਂ ਕੋਈ ਹੈ ਨਹੀਂ, ਪਤਾ ਤੁਹਾਨੂੰ ਦੱਸਿਆ ਵੀ ਸਵਾਦ ਲੈਂਦੇ ਆਪਾਂ ਬਸ, ਨਜ਼ਾਰਾ ਬਸ, ਬਾਬੇ ਦੀ ਕਿਰਪਾ ਚੱਲੀ ਜਾਂਦਾ ਬਸ, ਅਸੀਂ ਤੁਰੇ ਜਾਈਏ ਹੌਲੀ ਹੌਲੀ, ਬਾਲੀ ਬੂਈ ਨਹੀਂ ਵੀ ਉਹ ਮਿਲ ਜਾਏ ਉਹ ਮਿਲ ਜੇ ਬਸ, ਵਧੀਆ ਜਿੰਨੀ ਕੁ ਹੈਗੇ ਆ ਬਹੁਤ ਸੈਟਿਸਫਾਈ ਆ। ਹੁਣ ਸਿੱਧੂ ਮੂਸੇ ਵਾਲਾ ਇੱਕ ਮੁਕਾਮ 'ਤੇ ਆ, ਬਹੁਤ ਸਾਰੇ ਕਲਾਕਾਰ ਗੀਤਕਾਰ ਹਾਂਜੀ ਹਾਂਜੀ ਸੋਚਦੇ ਆ ਕਿ ਇੰਨਾ ਕੁ ਸਾਡਾ ਹਾਂਜੀ 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 ਇੱਥੇ ਦਾਰੋਮਦਾਰ ਹੋ ਜਾਏ। ਹਾਂਜੀ 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 ਹੁਣ ਉਹ ਤਾਂ ਚੱਲੀ ਜਾਂ ਦਾਰੋਮਦਾਰ, ਮੈਂ ਤਾਂ ਤੁਸੀਂ ਸਵਾਲ ਹਾਂਜੀ ਹਾਂਜੀ ਸਵਾਲ ਇਹ ਹੈ ਹਾਂਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮੇਰਾ ਪਸੰਦੀਦਾ ਕਲਾਕਾਰ ਇਹ ਹੈ, ਹਾਂਜੀ ਪਸੰਦੀਦਾ ਸੰਗੀਤਕਾਰ ਕੌਣ ਆ ਤੁਹਾਡਾ ਇੱਕ ਕੋਈ? ਮੈਂ ਜੀ ਹਜੇ ਮੈਨੂੰ ਉਹ ਇਹਦਾ ਜੀ ਹੁਣ ਉਲਝਣ ਵਾਲਾ, ਇਹ ਸਾਰੇ ਹੀ ਵਧੀਆ ਨੇ ਜੀ, ਹੁਣ ਜਿਵੇਂ ਵਧੀਆ ਸਾਰੇ ਹੁੰਦੇ ਨੇ। ਹਾਂਜੀ ਪਸੰਦ ਤਾਂ ਕੋਈ ਇੱਕ ਹੁੰਦੀ ਹੈ, ਉਹ ਕਿਸੇ ਦੀ ਨਹੀਂ, ਉਹ ਸਿੱਧੂ ਮੂਸੇ ਵਾਲੇ ਦੀ ਪਸੰਦ ਹੈ, ਨਾ ਕਿ ਹੋਰਨਾਂ ਦੀ ਗੱਲ ਕਰਦਾ। ਪਸੰਦ ਤਾਂ ਜੀ ਦੇਖੋ ਮੈਂ ਤੁਹਾਨੂੰ ਮੋਟੀ ਮੋਟੀ ਗੱਲ ਦੱਸਦਾ ਜੀ, ਪਹਿਲਾ ਗਾਣਾ ਮੇਰਾ ਦੀਪ ਬਾਈ ਨਾਲ ਆਇਆ, ਅਤੇ ਉਹ ਗਾਣਾ ਵਧੀਆ ਸੀ, ਜਿੱਦਾਂ ਦੀ ਮੈਨੂੰ ਲੱਗਿਆ ਬਾਈ ਨੇ ਘੈਂਟ ਕਰਨਾ। ਦੂਜਾ ਗਾਣਾ ਇਹ ਸੀਗਾ ਮੇਰਾ ਬਰਡ ਨਾਲ, ਜਿੱਦਾਂ ਦਾ ਮੇਰਾ ਗਾਣਾ ਸੀ ਵੀ ਉੱਚੀਆਂ ਗੱਲਾਂ, ਹੈ ਨਾ, ਵੀ ਮੈਂ ਜਿੱਦਾਂ ਦੀ ਉਹਨੂੰ ਦੇਣਾ ਚਾਹੁੰਦਾ ਸੀ ਵੀ ਆਹ ਚੀਜ਼ ਹੋਣੀ ਚਾਹੀਦੀ ਹੈ, ਉੱਦਾਂ ਦੀ ਮੈਨੂੰ ਬਰਡ ਨੇ ਦਿੱਤੀ, ਜਿੱਦਾਂ ਨੇ ਮੈਨੂੰ ਜਿਹੜੇ ਜਿਹੜੇ ਫੀਲ, ਸਾਰੇ ਰਿਸਪੈਕਟ ਹੈ ਜੀ, ਸਾਰੇ ਜਿੰਨੇ ਮਿਹਨਤ ਕਰਦੇ ਸਾਰੇ ਘੈਂਟ ਨੇ, ਪਰ ਮੈਨੂੰ ਹਜੇ ਮੈਨੂੰ ਖੁਦ ਨੂੰ ਨਹੀਂ ਪਤਾ ਮੈਂ ਕੀ ਨਾਲ ਕੰਮ ਕਰਨਾ, ਪਰ ਮੈਂ ਹੈਗਾ ਘੈਂਟ ਹੋਊਗਾ। ਤਾਂ ਨਿਸ਼ਾਨਾ ਨਿਸ਼ੂਨਾ ਕੋਈ ਨਹੀਂ ਮੈਥ ਜੀ ਫਿਰ? ਨਹੀਂ ਨਹੀਂ ਕੋਈ ਨਹੀਂ, ਕੋਈ ਖਾਸ ਏਮ ਗੋਲ ਕੋਈ ਨਹੀਂ, ਕੋਈ ਇਹ 'ਤੇ ਵੀ ਮੈਂ ਦੋ ਲੈਣਾ ਲਿਖੀਆਂ ਸੀ, ਆਉਣ ਦਿਓ, ਕਹਿੰਦਾ ਕੋਈ ਖਾਸ ਏਮ ਨਹੀਂ ਜ਼ਿੰਦਗੀ ਦਾ, ਮੈਂ ਟਾਰਗੇਟ ਹਾਂ ਆਬਾਦੀ ਦਾ, ਅੱਜ ਮਰਦਾ ਭਾਵੇਂ ਕੱਲ੍ਹ ਮਰ ਜਾ, ਮੈਨੂੰ ਖੌਫ ਨਹੀਂ ਬਰਬਾਦੀ ਦਾ, ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ, ਜਿਵੇਂ ਬਸ ਤੁਰਿਆ ਜਾਂਦਾ ਟਾਰਗੇਟ ਟੂਰਗੇਟ ਨਹੀਂ ਹੈਗਾ ਜੀ ਕੋਈ ਵੀ ਨਹੀਂ, ਆਪਾਂ ਹੌਲੀ ਹੌਲੀ ਬਸ ਜਿੰਨੇ ਕੁ ਯੋਗੇ ਹੈਗੇ, ਜਿੰਨੀ ਕੁ ਮੱਤ ਹੈਗੀ ਉੰਨੀ ਕੁ ਚੱਲੀ ਜਾਣਾ ਬਸ ਹੌਲੀ ਹੌਲੀ ਕੰਮ, ਟਾਰਗੇਟ ਇਹ ਨਹੀਂ ਹੈਗਾ ਵੀ ਮੈਂ ਉਹ ਅਵਾਰਡ ਲੈਣਾ ਜੀ, ਬਸ ਸੈਟਿਸਫਾਈ ਹਾਂ ਆਪਾਂ, ਘੈਂਟ ਆ ਬਸ ਮਾਹੌਲ ਵਧੀਆ, ਪੂਰਾ ਘੈਂਟ, ਪੂਰਾ ਘੈਂਟ ਜੀ ਪੂਰਾ ਘੈਂਟ, ਜਚਮਾ ਜਮਾਂ, ਮਾਂ ਪਿਓ ਖੁਸ਼ ਨੇ ਇਹੀ ਵਾਧੂ ਹੁੰਦਾ ਜੀ ਬਸ, ਹੋਰ ਕੀ ਚਾਹੀਦਾ। ਕਲਾਕਾਰ ਵਾਸਤੇ ਸਟੇਜ ਬਹੁਤ ਮਾਇਨੇ ਰੱਖਦੀ। ਹਾਂਜੀ ਹਾਂਜੀ। ਸਟੇਜ ਦੀ ਪਰਫੋਰਮੈਂਸ ਕਿਹੜੇ ਕਲਾਕਾਰ ਦੀ ਵਧੀਆ ਲੱਗਦੀ ਹੈ, ਕਿਸ ਨੂੰ ਫੋਲੋ ਕਰਦੇ ਹੋ? ਫੋਲੋ ਜੀ ਹੁਣ ਮੈਂ ਤੁਸੀਂ, ਇਹ ਤਾਂ ਸਾਰੀ ਵਧੀਆ ਨੇ ਜੀ, ਚੰਗੀ ਚੀਜ਼ ਕਿਤੋਂ ਕਿਸੇ ਤੋਂ ਮਿਲਦੀ ਆਪਾਂ ਸਾਰਿਆਂ ਤੋਂ ਸਿੱਖ ਲੈਂਦੇ ਹਾਂ ਜੀ ਕੋਈ, ਪਰ ਮੇਰਾ ਪਰਸਨਲ ਫੇਵਰੇਟ ਕੋਈ ਨਹੀਂ ਹੈਗਾ, ਕੋਈ ਨਹੀਂ ਕੋਈ ਨਹੀਂ ਹੈਗਾ, ਇੱਕੋ ਹੀ ਆ ਜਿਹੜਾ ਤੁਹਾਨੂੰ ਉਹ ਵਿਚਾਰਾ ਚਲਿਆ ਗਿਆ ਜਾਣ ਤੋਂ, ਉਹ ਚਲਿਆ ਗਿਆ ਜਾਣ ਤੋਂ ਬਸ ਉਹੀ ਸੀਗਾ, ਉਹਦੀਆਂ ਆਦਤਾਂ ਵਧੀਆ, ਉਹਦੀ ਲਿਖਣੀ ਵਧੀਆ ਲੱਗਦੀ ਸੀ ਬਸ ਉਹੀ ਹੈ ਜੀ, ਹੋਰ ਕੋਈ, ਹੋਰ ਕੋਈ ਨਹੀਂ ਹੈਗਾ ਜੀ। ਹੁਣ ਜਦੋਂ ਕਿਸੇ ਦੇ ਦੋ ਚਾਰ ਗੀਤ ਚੱਲ ਜਾਣ, ਫਿਲਮ ਵਾਲੇ ਬਹੁਤ ਪਿੱਛਾ ਕਰਦੇ ਉਹਦਾ, ਹਾਂਜੀ ਤੁਹਾਡੇ ਨਾਲ ਹੋਈ ਕਿਸੇ ਦੀ ਗੱਲਬਾਤ? ਫਿਲਮਾਂ ਵਾਲਾ ਤਾਂ ਨਹੀਂ ਹੋਇਆ ਸੀ, ਮੇਰੇ ਨਾਲ ਕੰਪਨੀਆਂ ਕੁੰਪਨੀਆਂ ਦਾ ਬਹੁਤ ਪੈਂਦੀਆਂ ਜੀ ਗਰਾਰੀਆਂ ਵੀ ਆ ਜਾ ਇੱਧਰ ਕਰ ਲਾ ਗਾਣਾ, ਉੱਧਰ ਕਰ ਲਾ, ਮੈਨੂੰ ਇਹ ਆਫਰ ਕਰਦੇ ਆ ਜੀ ਬਥੇਰੇ ਜੀ। ਕਿੰਨੇ ਕੁ ਕਿੰਨੇ ਕੁ ਦੱਸਾਂ ਕਿੰਨੇ ਕਰਦੇ ਨਹੀਂ ਜਾਂਦਾ ਜੀ, ਬਹੁਤ ਚੱਕੀ ਫਿਰਦੇ ਜੀ ਪੈਸਿਆਂ ਦਾ ਕੀ ਕਰਾਉਣਾ ਵਾਲਿਆਂ ਦਾ, ਨਹੀਂ ਪਰ ਫਿਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਹੋਣਗੇ ਜਿਹੜੇ ਕਹਿਣ ਯਾਰ ਇਹ ਕੰਮ ਸੂਤ ਆਪਾਂ ਵੀ ਕਰਕੇ ਦੇਖੀਏ, ਦੱਸੋ ਗੱਲਾਂ ਕਿੰਨਾ ਕਿੱਥੇ ਕੁ ਤੱਕ ਗਰਾਰੀ ਫਸਦੀ ਹੈ? ਬਥੇਰੀ ਫਸਦੀ ਹੈ, ਲੱਖਾਂ 'ਚ ਫਸਦੀ ਹੈ ਜੀ ਜਦੋਂ ਫਸਣ 'ਤੇ ਆ ਜੇ, ਪਰ ਵੀ ਇਹ ਤਾਂ ਆਪਦੇ ਹਿਸਾਬ ਕਿਤਾਬ ਰੱਖਣੇ ਵੀ ਪੈਰ ਛੱਡਣੇ ਆ ਕਿ ਨਹੀਂ ਛੱਡਣੇ, ਹੁਣ ਪੈਸਾ ਪੂਸਾ ਤਾਂ ਥੋੜ੍ਹੀ ਹੈ ਜੀ, ਕੋਈ ਸਾਰਾ ਕੁਛ ਪੈਸਾ ਥੋੜ੍ਹੀ ਹੁੰਦਾ ਜੀ, ਪੈਸੇ ਨਾਲ ਵਰਤਿਆ ਥੋੜ੍ਹੀ ਜਾਂਦਾ, ਪੈਸਾ ਜ਼ਰੂਰੀ ਹੈ, ਇਹ ਨਹੀਂ ਕਹਿੰਦੇ ਵੀ ਜ਼ਰੂਰੀ ਨਹੀਂ ਹੈਗਾ, ਵੀ ਹੁਣ ਕਹਿੰਦੇ ਨੇ ਕੰਪਨੀ ਵਾਲੇ ਹੁਣ ਜਦੋਂ ਕੁਛ ਵੀ ਨਹੀਂ ਸੀ ਉਹ ਤਾਂ ਕਿਸੇ ਨੇ ਪੁੱਛਿਆ ਨਹੀਂ ਹੈਗਾ ਜੀ, ਪਰ ਮੈਂ ਆਪਾਂ ਕਹਿੰਦੇ ਵੀ ਕੰਮ ਸਾਰਿਆਂ ਨਾਲ ਕਰਾਂਗੇ, ਕੰਮ ਦੇ ਰਿਲੇਟਡ ਕੋਈ ਨਹੀਂ ਹੈਗਾ ਜੀ, ਜਾਂ ਪੈਸੇ ਕਰਕੇ ਨਹੀਂ ਕੰਮ ਕਰਨਾ ਕਿਸੇ ਨਾਲ, ਜਿੱਥੇ ਦਿਲ ਕਰੂ ਉੱਥੇ ਕਰਾਂਗੇ, ਜਿੱਥੇ ਦਿਲ ਕਰੂ ਹਾਂ, ਵੀ ਜਿਹੜਾ ਬੰਦਾ ਘੈਂਟ ਲੱਗਦਾ ਵੀ ਹਾਂ ਬਾਈ ਤੁਸੀਂ, ਪੈਸੇ ਵੀ ਘੱਟ ਵੱਧ ਹੋ ਜਾਂਦੇ ਜੀ, ਜਿੱਥੇ ਸੈਟਿਸਫੈਕਸ਼ਨ ਸਭ ਤੋਂ ਵੱਡੀ
ਅੱਛਾ ਮੇਰੇ ਭਰਾ ਨੇ ਨਵਜੋਤ ਵੀਰ ਹੈਗਾ ਕਨਬਰਾ ਉਹੀ ਸਮਝਦੇ ਨੇ ਮੈਂ ਜੋ ਕਰਦੇ ਨੇ ਤੁਹਾਨੂੰ ਮੈਂ ਕਿਹਾ ਮੈਂ ਦੁਨੀਆਦਾਰੀ ਤੋਂ ਬਾਹਰ ਹਾਂ ਬਿਜਨਸ ਵਾਲੇ ਤੋਂ ਕਿਸੇ ਦਾ ਸ਼ੋਅ ਲਵਾਉਣਾ ਕਿਵੇਂ ਕਰਾਉਣਾ ਤੁਸੀਂ ਕਰੋ ਜੋ ਕਰਨਾ ਪਤਾ ਆਪਦਾ ਜਿਹੜਾ ਕੰਮ ਕਰਦਾ ਉਹ ਕਰਨਾ ਉਹ ਕਰਨਾ ਉਹ ਕਰਨਾ ਸੋ ਹੁਣ ਆਪਣੇ ਕੋਲ 30 ਕੁ ਸੈਕਿੰਡ ਦਾ ਸਮਾਂ ਹਾਂਜੀ ਵੀਰ ਵਿੱਚ ਜਿਹੜੇ ਸਿੱਧੂ ਮੂਸੇਵਾਲ ਦੇ ਦੀਵਾਨੇ ਨੇ ਕੀ ਕਹਿਣਾ ਚਾਹੁੰਦੇ ਦੀਵਾਨੇ ਤਾਂ ਬਸ ਦਿਲ 'ਤੇ ਹੱਥ ਰੱਖਿਆ ਤੁਸੀਂ ਹੁਣ ਸਮਝ ਰਹੇ ਹੋ ਸਾਰਿਆਂ ਨੂੰ ਪੈਰੀ ਡਿੱਗਿਆ ਹੋਇਆ ਤੁਹਾਡੇ ਸਾਰਿਆਂ ਦੇ ਬਹੁਤ ਬਹੁਤ ਧੰਨਵਾਦ ਆ ਜਿੰਨੀ ਕੁ ਔਕਾਤ ਸੀ ਦੁੱਗਣਾ ਤਿੱਗਣਾ ਮਿਲਿਆ ਮੈਨੂੰ ਅਤੇ ਕਦੇ ਇੰਨਾ ਵੀ ਨਹੀਂ ਵੀ ਮੈਂ ਬਾਹਲਾ ਸਿਆਣਾ ਨਹੀਂ ਹੈਗਾ ਜੇ ਕਦੇ ਕਿਤੇ ਕਮੀ ਪੇਸ਼ੀ ਹੁੰਦੀ ਤੁਸੀਂ ਦੱਸ ਦਿਓ ਤਾਂ ਇੱਜ਼ਤ ਆ ਉਸਦੇ ਲਈ ਅਤੇ ਚਲੋ ਜੇ ਚੰਗਾ ਮਾੜਾ ਵੀ ਕਹਿੰਦੇ ਮੇਰਾ ਵੀਰ ਸਲੂਟ ਆ ਤੁਹਾਨੂੰ ਅਤੇ ਕਈ ਚੱਲੋ ਅਤੇ ਮੈਂ ਸੁਧਰਦਾ ਰਹੂੰਗਾ ਕਦੇ ਰੱਬ ਕਰੇ ਇਹੋ ਜਿਹਾ ਟਾਈਮ ਲਿਆ ਵੀ ਜੋ ਤੁਸੀਂ ਵੀ ਕਹੋ ਵੀ ਵਧੀਆ ਅਤੇ ਬਾਕੀ ਵੀ ਫੌਜ ਵਾਲਿਆਂ ਨੇ ਸ਼ੋਅ ਕਰਵਾਇਆ 15 ਤਰੀਕ ਨੂੰ ਟਿਕਟਾਂ ਤਾਂ ਉਹ ਸੋਲਡ ਆਊਟ ਹੋ ਗਏ ਬਾਈ ਕਹਿੰਦਾ ਪਰ ਸਾਰੇ ਮੇਰੇ ਵੀਰ ਜਿੰਨੇ ਵੀ ਪਿਆਰ ਕਰਨ ਵਾਲੇ ਪਹੁੰਚੋ ਜੀ ਬਸ ਇਹੀ ਬੇਨਤੀ ਆ ਸਤਿ ਸ਼੍ਰੀ ਅਕਾਲ ਥੈਂਕ ਯੂ ਜੀ ਮਿਹਰਬਾਨੀ ਸ਼ੁਭ ਸ਼ਾਮਾਂ ਤੁਹਾਡੇ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ ਦੋਸਤੋ ਇਹ ਸੀ ਸਿੱਧੂ ਮੂਸੇਵਾਲਾ ਜਿਸ ਦੇ ਨਾਲ ਬਹੁਤ ਸਾਰੀਆਂ ਖੁੱਲ੍ਹੀਆਂ ਗੱਲਾਂ ਬਾਤਾਂ ਹੋਈਆਂ ਨੇ ਉਮੀਦ ਨਹੀਂ ਯਕੀਨ ਹੈ ਕਿ ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ ਅੱਜ ਦੀ ਸਾਡੀ ਪੇਸ਼ਕਸ਼ ਤੁਹਾਨੂੰ ਕਿਹੋ ਜਿਹੀ ਲੱਗੀ ਇਸ ਦੇ ਮੁਤਾਲਕ ਸਾਡੇ ਤੱਕ ਲਿਖਤੀ ਰੂਪ ਵਿੱਚ ਆਪਣਾ ਸਲਾਹ ਮਸ਼ਵਰਾ ਸ਼ਿਕਵੇ ਸ਼ਿਕਾਇਤਾਂ ਗੇਲੇ ਜ਼ਰੂਰ ਪੁੱਛਦੇ ਕਰਿਓ ਸਿਰ ਮੱਥੇ ਰਹਿਣਗੇ ਜਾਣ ਤੋਂ ਪਹਿਲਾਂ ਕਹਿਣਾ ਚਾਹੁੰਦਾ ਕਿ ਜ਼ਿੰਦਗੀ ਜ਼ਿੰਦਾਦਿਲੀ ਦਾ ਨਾਮ ਹੈ ਕੱਲ੍ਹ ਫਿਰ ਕਿਸੇ ਨਵੇਂ ਅਤੇ ਨਵੇਕਲੇ ਪ੍ਰੋਗਰਾਮ ਨਾਲ ਮੁੜ ਹਾਜ਼ਰ ਹੋਵਾਂਗਾ ਉਦੋਂ ਤੱਕ ਵੇਖਦੇ ਰਹੋ ਪ੍ਰਾਈਮ ਏਸ਼ੀਆ ਤੁਹਾਡਾ ਆਪਣਾ ਤੁਹਾਡੇ ਲਈ ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ